ਕਰੋ ਗੁਰਦੇਵ ਕਾ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ, ਦੋਇ ਕਰ ਜੋਰ ਕਰੋ, ਦੋਇ ਕਰ ਜੋਰ ਕਰੋ ਚਰਨਾ ਪਰ, ਜਾਉਂ ਸਦਾ ਗੁਰ ਕੋ ਬਲਿਹਾਰੀ, ਕਾਨ ਸੁਣੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਵਿਦੇ ਮਹਿਕਾਰੀ, ਕਾਨ ਸੁਣੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਵਿਦੇ ਮਹਿਕਾਰੀ, ਵਾਹਿਗੁਰੂ ਗੁਰ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੀ, ਧਨ ਸੁਗਿੰਦਾ ਘੜੀ ਧਨ, ਧਨ ਮੂਰਤ ਪਰਸਾਰ, ਧਨ ਸੋ ਦਿਨ ਸੋਗੜਾ ਜਿਤ ਜਿਠਾ ਗੁਰ ਦਰਸਾਰ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ, ਹਰਿ ਪਾਤੇ ਸੰਤ ਭੇਟਿਆ ਨਾਨਕ ਮਨ ਪਰਦਾਸ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵੈਸਾਖ ਧੀਰਨ ਕਿਉ ਵਾਢੀਆ, ਜਿੰਨਾ ਪ੍ਰੇਮ ਵਿਸ਼ੋ, ਹਰ ਸਾਜਨ ਪੁਰਖ ਵਿਸਾਰਕਾ, ਲੱਗੀ ਮਾਇਆ ਧੋ, ਵੈਸਾਖ ਧੀਰਨ ਕਿਉ ਵਾਢੀਆ, ਜਿੰਨਾ ਪ੍ਰੇਮ ਵਿਸ਼ੋ, ਕਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸਿਮਰਤ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਆਪ ਸਭ ਸੰਤਾਂ ਬਹੁਤ ਬਹੁਤ ਵੱਡੀਆਂ ਭਾਵਨਾ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤਾਪ ਸਰੂਪ ਅਤਿ ਜਬਰ ਸ਼ਕਤ ਦੇ ਮਾਲਕ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਅਕਾਲ ਜੋਤ ਬੁੰਗਾ ਦੰਦ ਨੇ ਪਛਾੜ ਜਥਾ ਸੰਗਰਾਮ ਦਾ ਨਗਰ ਚੇਡੋ, ਇਸ ਪਾਵਨ ਅਸਥਾਨ 'ਤੇ 150 ਵਰਸ ਤੋਂ ਉੱਤੇ ਹੋ ਚੁੱਕਾ ਹੈ। ਇਹ ਵਿਸਾਖੀ ਦੇ ਜੋੜ ਮੇਲੇ ਇਹ ਸਮੁੱਚੇ ਇਲਾਕੇ ਦੀ ਸੰਗਤ ਵੱਲੋਂ ਇਸ ਅਸਥਾਨ 'ਤੇ ਮਨਾਉਣ ਦੀ ਪਰੰਪਰਾ ਚੱਲੀ ਆ ਰਹੀ ਹੈ। ਜਦੋਂ ਵੀ ਵਿਸਾਖੀ ਦਾ ਜੋੜ ਮੇਲਾ ਆਉਂਦਾ ਇਸ ਅਸਥਾਨ 'ਤੇ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਜੁੜਦੀਆਂ, ਸੰਗਤ ਕੀਰਤਨ ਕਥਾ ਸਰਵਣ ਕਰਿਆ ਕਰਦੀ ਔਰ ਸਾਧ ਸੰਗਤ ਜੀ ਦੁਆਬੇ ਦੀ ਧਰਤੀ 'ਚ ਦੋ ਬੇਈਆਂ ਵਰਦੀਆਂ ਹਨ, ਇੱਕ ਦਾ ਨਾਮ ਕਾਲੀ ਬੇਈ ਹੈ, ਇੱਕ ਦਾ ਨਾਮ ਚਿੱਟੀ ਬੇਈ ਹੈ। ਕਾਲੀ ਬੇਈ ਕਿਉਂ ਕਿਹਾ ਜਾਂਦਾ ਹੈ ਕਿ ਉਸ ਬੇਈ ਦਾ ਜਲ ਰਾਵੀ ਦਰਿਆ ਵਰਗਾ ਹੋਣ
ਕਰਕੇ ਦੁਸੋਏ ਮੁਕੇਰੀਆਂ ਦੇ ਝੱਲਾਂ ਦੇ ਵਿੱਚੋਂ ਚੱਲਦੀ ਹੋਈ ਉਹ ਗਈ ਸੁਲਤਾਨਪੁਰ ਸਾਹਿਬ ਵਿਖੇ ਪਹੁੰਚਦੀ ਹੈ, ਜਿਸ ਵੇਈ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸ਼੍ਰੀ ਸੁਲਤਾਨਪੁਰ ਸਾਹਿਬ ਲੋਧੀ ਵਿਖੇ ਗੁਰਦੁਆਰਾ ਬੇਦ ਸਾਹਿਬ ਵਿਖੇ ਸੁਭਾਈਮਾਨ ਹੈ। ਗੁਰਦੁਆਰਾ ਸ਼੍ਰੀ ਬੇਦ ਸਾਹਿਬ ਦੇ ਮੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਦ ਦੇ ਦਰਖਤ ਥੱਲੇ ਬੈਠ ਕੇ ਨਿਜ ਆਸਣ ਵਿੱਚ ਨਿਜ ਸਰੂਪ ਵਿੱਚ ਨਿਜ ਆਸਣ 'ਤੇ ਬੈਠ ਕੇ ਨਿਜ ਸਰੂਪ ਵਿੱਚ ਨਵਲੀਨ ਹੋਇਆ ਕਰਦੇ ਸਨ ਔਰ ਉਸੇ ਬੇਈ ਦੁਆਰਾ ਡੁੱਘਾ ਮਾਰ ਕੇ ਕੌਤਕ ਵਰਤਾਇਆ। ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਤੋਂ ਗੁਰਸਿੱਖਾਂ ਨੂੰ ਮੂਲ ਮੰਤਰ ਲਿਆ ਕਰਕੇ ਮਾਤਮਾ ਉੱਤੇ ਬਖਸ਼ਿਸ਼ ਕੀਤਾ ਔਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਅਵਤਾਰ ਧਾਰਨ ਦਾ ਗੁਰਪੁਰਬ ਸੰਗਤਾਂ 9, 10, 11, 12 ਨਵੰਬਰ ਨੂੰ ਉਸ ਅਸਥਾਨ 'ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਣ ਜਾ ਰਹੀਆਂ ਹਨ। ਦੂਸਰੀ ਹੈ ਜੱਟੀ ਮੇਈ ਜੋ ਇਸ ਅਸਥਾਨ ਤੋਂ ਥੋੜ੍ਹੀ ਦੂਰੀ 'ਤੇ ਵਗਦੀ ਹੈ। ਇਸ ਮੇਈ ਦਾ ਜਲ ਇਤਨਾ ਨਿਰਮਲ ਇਤਨਾ ਸਾਫ਼ ਅਤੇ ਉੱਜਲ ਸੀ ਕਿ ਜਦੋਂ ਕੋਈ ਇਸ ਮੇਈ ਦੇ ਕਿਨਾਰੇ 'ਤੇ ਜਾ ਕੇ ਖੜ ਕੇ ਆਪਣਾ ਮੁੱਖ ਦੇਖਦਾ ਸਿੱਧਾ ਸ਼ੀਸ਼ੇ ਦੀ ਤਰ੍ਹਾਂ ਆਪਣਾ ਚਿਹਰਾ ਸਾਫ਼ ਦਿਖਾਈ ਦਿੰਦਾ, ਬੜਾ ਠੰਡਾ ਔਰ ਨਿਰਮਲ ਜਲ ਸੀ। ਸੰਗਤਾਂ ਇਸ ਮੇਈ ਵਿੱਚ ਵੀ ਕਿਉਂਕਿ ਇਸ ਮੇਈ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੈ, ਉਹਨਾਂ ਸਤਿਗੁਰਾਂ ਨੂੰ ਕੀਤੀ ਮੇਈ ਦੇ ਵਿੱਚ ਇਸ ਜਲ ਵਿੱਚ ਆਪਣੇ ਚਰਨ ਪਾਏ ਸਨ। ਜਿਸ ਜਿਸ ਹੋਰ ਤੀਰਥ ਉੱਤੇ ਸਤਿਗੁਰੂ ਜੀ ਨੇ ਚਰਨ ਪਾਏ, ਜਿਹਨਾਂ ਦਰਿਆਵਾਂ ਨਦੀਆਂ 'ਤੇ ਚਰਨ ਪਾਏ, ਉਹ ਧਰਤੀ ਉਹ ਦਰਿਆ ਉਹ ਨਦੀਆਂ ਪਵਿੱਤਰ ਬਣ ਕੇ ਤੀਰਥ ਬਣ ਗਏ ਕ੍ਰਿਸ਼ਨ ਸਜੀ। ਇਸ ਕਰਕੇ ਸੰਗਤਾਂ ਗੁਰੂ ਸਾਹਿਬ ਜੀ ਦੀ ਚਰਨ ਤੋਂ ਪ੍ਰਾਪਤ ਇਸ ਬੇਈ ਵਿੱਚ ਪਹਿਲਾਂ ਇਸ਼ਨਾਨ ਕਰਦੀਆਂ, ਫਿਰ ਇਸ ਅਸਥਾਨ 'ਤੇ ਆ ਕੇ ਕੀਰਤਨ ਕਥਾ ਸੁਣਦੀਆਂ ਔਰ ਜਥਾ ਸ਼ਕਤ ਸੇਵਾ ਕਰਦੀਆਂ। ਇਹ ਦੁਆਬੇ ਵਿੱਚ ਇੱਥੇ ਵਿਸਾਖੀ ਦਾ ਜੋੜ ਮੇਲਾ ਲੱਗਿਆ ਕਰਦਾ ਸੀ। ਦੁਆਬੇ ਦੀ ਧਰਤੀ ਵਿੱਚ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਿੱਧ ਸਰੂਪ ਅਨੰਤ ਸ਼ਕਤੀਆਂ ਦੇ ਮਾਲਕ ਮਹਾਨ ਦਿਆਲੂ ਕਿਰਪਾਲੂ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਤੋਂ ਵੱਲੋਂ ਸਾਈ ਹੋਈ ਉਹ ਮਹਾਨ ਸੰਪਰਦਾਏ ਜਿਸ ਨੂੰ ਉਦਾਸੀਨ ਸੰਪਰਦਾਇ ਕਿਹਾ ਜਾਂਦਾ ਹੈ, ਉਦਾਸੀਨ ਭੇਤ ਵੀ ਕਿਹਾ ਜਾਂਦਾ ਹੈ। ਇਸ ਭੇਤ ਦੇ ਸੰਪਰਦਾਏ ਦੇ ਬਹੁਤ ਸਾਧੂ ਦੁਆਬੇ ਦੀ ਧਰਤੀ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ। ਇਹਨਾਂ ਮਹਾਤਮਾ ਦੀ ਬੜੀ ਵੱਡੀ ਕੁਰਬਾਨੀ ਅਤੇ ਘਾਲਣਾ ਸੀ। ਇਹ ਮਹਾਤਮਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੱਥੀ ਲਿਖ ਲਿਖ ਕੇ ਹੱਥੀ ਪੋਥੀਆਂ ਲਿਖ ਲਿਖ ਕੇ ਸੰਗਤਾਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਣੀ, ਸ਼ੁੱਧ ਪਾਠ ਕਰਨਾ ਸਿਖਾਉਣਾ,
ਅਤੇ ਫਿਰ ਸੰਸਥਾਂ ਦੇ ਵਿੱਚ ਵਿਚਰ ਕੇ ਗੁਰਬਾਣੀ ਦੇ ਸਹਿਜ ਪਾਠ ਅਖੰਡ ਪਾਠ ਸ਼ੁੱਧ ਪਾਠੀ ਸਿੰਘਾਂ ਤੋਂ ਕਰਵਾਉਣੇ ਔਰ ਅਰਥਾਂ ਦਾ ਗਿਆਨ ਕਰਵਾਉਣਾ, ਸਿੱਖੀ ਦਾ ਪ੍ਰਚਾਰ ਕਰਨਾ, ਗੁਰੂ ਘਰਾਂ ਦੀ ਸੇਵਾ ਸੰਭਾਲ ਕਰਨਾ। ਸੋ ਸਾਧ ਸੰਗਤ ਜੀ, ਮਹਾਂਪੁਰਖ ਨਗਰ ਸੂਸਾਂ ਹੈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ, ਉੱਥੇ ਵੀ ਇੱਕ ਬਹੁਤ ਵੱਡੀ ਪਵਿੱਤਰ ਆਤਮਾ ਦੁਆਬੇ ਦੀ ਧਰਤੀ ਦੇ ਮਹਾਨ ਸਿੱਧ ਪੁਰਸ਼ ਮਹਾਤਮਾ ਸੰਤ ਬਾਬਾ ਜਵਾਹਰ ਦਾਸ ਜੀ ਹੋਏ। ਸੰਤ ਬਾਬਾ ਜਵਾਲਾ ਸਿੰਘ ਜੀ ਹਰਪੁਰਵਾਲ ਵਾਲੇ ਕਿਹਾ ਕਰਦੇ ਸਨ ਕਿ ਦੁਆਬੇ ਦੀ ਧਰਤੀ 'ਤੇ ਚਾਰ ਸਿੱਧ ਮਹਾਤਮਾ ਹੋਏ, ਜਿਨ੍ਹਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਸੂਸਾਂ ਵਾਲੇ ਮਹਾਂਪੁਰਖ ਸੰਤ ਬਾਬਾ ਜਵਾਹਰ ਦਾਸ ਜੀ ਹੋਏ। ਔਰ ਉਸ ਅਸਥਾਨ 'ਤੇ ਵੀ ਇਹਨਾਂ ਮਹਾਂਪੁਰਖਾਂ ਨੇ ਵਿਸਾਖੀ ਦੇ ਦਿਹਾੜੇ 'ਤੇ ਹੀ ਨਿਸ਼ਾਨ ਸਾਹਿਬ ਲਾ ਕੇ ਵਿਸਾਖੀ ਦੇ ਉੱਤੇ ਹੀ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਔਰ ਇਹ ਪ੍ਰੇਰਨਾ ਪਾਇਆ। ਸੰਗਤਾਂ ਨੂੰ ਬਹੁਤ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਤਪ ਕੀਤਾ, ਪਰਉਪਕਾਰ ਕੀਤਾ, ਮਹਾਨ ਕਠਿਨ ਭਾਗਣਾ ਧਾਰੀ ਸੇਵਾ ਕੀਤੀ ਔਰ ਅੱਜ ਉੱਥੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਹਨ ਔਰ ਉੱਥੇ ਵੀ 13-14-15 ਮਈ ਦੇ ਨਿਸ਼ਾਨ ਸਾਹਿਬ ਚੜ੍ਹਦਾ ਜੋ ਦੁਆਬੇ ਵਿੱਚ ਬੜਾ ਪ੍ਰਸਿੱਧ ਜੋੜ ਮੇਲਾ ਹੈ, ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਉੱਥੇ ਹਾਜ਼ਰੀ ਭਰਦੀਆਂ ਹਨ। ਉਸ ਅਸਥਾਨ ਦੀ ਵੀ ਸੇਵਾ ਸਤਿਗੁਰਾਂ ਨੇ ਉਹਨਾਂ ਸਤਪੁਰਸ਼ਾਂ ਨੇ ਅਸੀਸ ਦੇ ਕੇ ਨਵੀਂ ਸਾਲ ਦੇ ਪਰ ਝੰਡਰਾ ਮਿੱਤਰ ਨੂੰ ਬਖਸ਼ਿਸ਼ ਕੀਤੀ ਹੈ। ਉੱਥੇ ਵੀ ਵਿਸਾਖੀ ਬਹੁਤ ਭਰਦੀ ਹੈ ਸੰਗਤ ਦੀ ਔਰ ਇਸ ਅਸਥਾਨ 'ਤੇ ਵੀ ਬੜੇ ਤਪੱਸਵੀ ਮਹਾਤਮਾ ਸੰਤ ਪਹਿਲਦਾਸ ਜੀ ਹੋਏ, ਉਹਨਾਂ ਸਤਪੁਰਸ਼ਾਂ ਨੇ ਵੀ ਬੜੀ ਗੁਰੂ ਘਰ ਦੀ ਸੇਵਾ ਕੀਤੀ। ਪਹਿਲੇ ਮਹਾਂਪੁਰਖਾਂ ਨੇ ਵੀ, ਗੁਰਸਿੱਖਾਂ ਨੇ ਵੀ, ਸੰਤਾਂ ਨੇ ਬੜੀ ਸੇਵਾ ਕੀਤੀ। ਇਹ ਮਹਾਂਪੁਰਖ ਵੀ ਜਿਹੜਾ ਗੁਰੂ ਘਰ ਵਿੱਚ ਬੜਾ ਹੀ ਵਿਸਾਖੀ ਦਾ ਜੋਰ ਮਿਲਦਾ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਆਰੰਭ ਹੋਇਆ। ਇਹ ਮਹਾਤਮਾ ਗੁਰੂ ਘਰ ਦੀ ਮਰਿਆਦਾ ਨੂੰ, ਪਰੰਪਰਾ ਨੂੰ ਇਹਨਾਂ ਨੇ ਕਦੇ ਆਂਚ ਨਹੀਂ ਆਉਣ ਦਿੱਤੀ। ਇਹਨਾਂ ਨੇ ਜਿਉਣ ਦਾ ਕਿਉਂ ਬਰਕਰਾਰ ਰੱਖਿਆ, ਆਪਣੇ ਮੇਲੇ ਹੀ ਮਨਾਏ, ਗੁਰੂ ਕਾਲ ਦੇ ਜੋੜ ਮੇਲਿਆਂ ਨੂੰ ਅੱਗੇ ਸੰਗਤ ਵਿੱਚ ਪ੍ਰਚਾਰਿਆ ਔਰ ਪ੍ਰਸਾਰਿਆ। ਤਾਂ ਇਹ ਵਿਸਾਖੀ ਦੇ ਜੋੜ ਮੇਲੇ ਦੁਆਬੇ ਥਾਂ ਪੁਰਖਾਂ ਲੜਦੇ ਹੈ ਕਿ ਉਹ ਮਹਾਤਮਾ ਗੁਰੂ ਕਾਲ ਤੋਂ ਚਲੇ ਆਏ ਜੋੜ ਮੇਲਿਆਂ ਨੂੰ ਇਹਨਾਂ ਨੇ ਪ੍ਰਚਲਿਤ ਰੱਖਿਆ। ਇਸ ਅਸਥਾਨ 'ਤੇ ਵੀ ਵਿਸਾਖੀ ਬਹੁਤ ਭਰਿਆ ਕਰਦੀ ਔਰ ਇੱਥੇ ਵੀ ਸੰਗਤਾਂ ਆ ਕੇ ਹਾਜ਼ਰੀ ਭਰਿਆ ਕਰਦੀਆਂ ਸਨ। ਅੱਜ ਸਤਸੰਗ ਸ੍ਰੀ ਹਰਿਮੰਦਰ ਸਾਹਿਬ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਲੱਖਾਂ ਸੰਗਤਾਂ ਉੱਥੇ ਹਾਜ਼ਰੀ ਭਰ ਕੇ ਲੋਕ ਮੇਲੇ 'ਤੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ ਹੋਈਆਂ ਹਨ। ਸੋ ਸਾਧ ਸੰਗਤ ਜੀ, ਅੱਜ ਵਿਸਾਖ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਪੁਰਾਤਨ ਕਾਲ ਵਿੱਚ ਇਹ ਬੜੀ ਪ੍ਰਸਿੱਧ ਧਾਰਮਿਕ ਸ਼ਾਸਤਰਾਂ ਦੇ ਵਿੱਚ ਗਾਥਾ ਆਉਂਦੀ ਹੈ ਕਿ ਜਿਹੜਾ ਜਿਸ ਦਿਨ ਸੂਰਜ ਇੱਕ ਰਾਸ ਨੂੰ ਸੰਪੂਰਨ ਕਰਕੇ ਦੂਜੀ ਰਾਸ ਵਿੱਚ ਸੰਚਾਰ ਕਰਦਾ ਹੈ, ਸੰਕ੍ਰਾਂਤ ਸ਼ਬਦ ਹੈ ਸਹਿਜ ਕ੍ਰਾਂਤੀ ਦੇ ਆਉਂਦਾ, ਭਾਵ ਆਪਣਾ ਦੂਸਰਾ ਸਥਾਨ ਧਾਰਨ ਕਰਦਾ ਹੈ। ਜਿਸ ਦਿਨ ਸੂਰਜ ਵਿੱਚ ਤਬਦੀਲੀ ਆਉਂਦੀ ਹੈ, ਕ੍ਰਾਂਤੀ ਆਉਂਦੀ ਹੈ, ਉਸ ਦਿਨ ਦਾ ਨਾਮ ਸੰਕ੍ਰਾਂਤ ਹੈ ਸੰਗਤ ਜੀ। ਔਰ ਕਹਿੰਦੇ ਇਸ ਦਿਨ ਕਿਸੇ ਭਲੇ ਪੁਰਸ਼ ਦੇ ਮਨੁੱਖ ਤੋਂ
ਮਹੀਨੇ ਦਾ ਫਲਾ ਉਪਦੇਸ਼ ਸੁਣਿਆ ਜਾਏ। ਫਲਾ ਉਪਦੇਸ਼ ਕਹਿੰਦੇ ਸਨ ਇਸ ਨੂੰ, ਮਹੀਨੇ ਦਾ ਨਾਮ ਕਿਸੇ ਭਲੇ ਪੁਰਸ਼ ਕੋਲ ਸੁਣਨਾ, ਕਿਸੇ ਸਾਧੂ ਕੋਲ ਸੁਣਨਾ, ਕਿਸੇ ਮੰਦਰ ਦੇ ਉੱਤੇ ਜਿਹੜਾ ਸਭ ਤੋਂ ਚੰਗਾ ਬਜ਼ੁਰਗ ਧਰਮੀ ਦਇਆਵਾਨ ਨੇਕੀ ਦਾ ਪੁੰਜ ਹੁੰਦਾ, ਗੁਰੂ ਘਰ ਜਾਣ ਵਾਲਾ ਹੁੰਦਾ, ਪਾਠ ਸੇਵਾ ਸਮਰਥ ਕਰਨ ਵਾਲਾ ਹੁੰਦਾ, ਲੋਕਾਂ ਨੇ ਕਹਿਣਾ ਉਹਦੇ ਕੋਲ ਚੱਲੋ, ਉਹਦੇ ਕੋਲੋਂ ਮਹੀਨੇ ਦਾ ਨਾਮ ਸੁਣੋ, ਮਹੀਨੇ ਦਾ ਫਲਾ ਦੇਖ ਸੁਣੋ। ਹਿੰਦੁਸਤਾਨ ਵਿੱਚ ਵੀ ਲੋਕ ਇਸ ਦਿਨ 'ਤੇ ਜਾ ਕੇ ਨਾ ਭਲੇ ਪੁਰਸ਼ਾਂ ਕੋਲੋਂ ਮਹੀਨੇ ਦਾ ਨਾਮ ਸੁਣਿਆ ਕਰਦੇ ਸਨ ਜਾਂ ਮਹੀਨੇ ਦਾ ਫਲ ਸੁਣਿਆ ਕਰਦੇ ਸਨ ਕਿ ਅੱਜ ਸੰਗਰਾਂਦ ਆਈ ਹੈ ਔਰ ਸਾਨੂੰ ਮਹੀਨੇ ਦਾ ਫਲ ਸੁਣਾਓ, ਇਹ ਉਪਦੇਸ਼ ਦਿਓ, ਮਹੀਨੇ ਦਾ ਫਲਾਦੇਸ਼ ਕੀ ਹੈ। ਉਹ ਫਿਰ ਸਾਡਾ ਮਹੀਨਾ ਸੁੱਖ ਦਾ ਗੁਜ਼ਰੇਗਾ। ਸੁੱਖ ਹਰ ਕੋਈ ਮੰਗਦਾ, ਹਰ ਇੱਕ ਦੀ ਇੱਛਾ ਸੁੱਖੀ ਰਹਿਣ ਦੀ ਹੈ, ਸੰਸਕ੍ਰਿਤੀ ਸੁੱਖ ਮੰਗਣ ਦੀ ਕਰਦੀਆਂ, ਪਤਾ ਨਹੀਂ ਕਿੱਥੇ ਤੋਂ ਚੱਲ ਕੇ ਕਿੱਥੇ ਤੱਕ ਚਲੀ ਜਾਂਦੀ ਹੈ। ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ, ਲੋ ਬਈ ਇਹ ਮਹੀਨੇ ਦਾ ਫਲਾਦੇਸ਼ ਸੁਣਨਾ, ਤੁਸੀਂ ਗੁਰੂ ਘਰ ਵਿੱਚ ਆਇਆ ਕਰੋ, ਸਤਿਗੁਰਾਂ ਨਾਲੋਂ ਵੱਡਾ ਦਰ ਕੋਈ ਨਹੀਂ। ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਕਲਾ ਦੇ ਦੁਬਾਰਾ ਮਹਾਂ ਉਚਾਰਿਆ, ਉਸ ਨੂੰ ਫਿਰ ਰੰਮਾ ਉਹ ਮਾਇਆ। ਇਹ ਸਾਰਾ ਬਾਰਾਂ ਮਹਾਂ ਸ਼੍ਰੀ ਕਿਰਪਾਲ ਪ੍ਰਸ਼ਾਦ ਮਹਾਰਾਜ ਜੀ ਨੇ ਆਪ ਆਪਣੇ ਮੁਖਾਰ ਦੇ ਉੱਤੇ ਉਚਾਰਿਆ। ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਜਿੱਥੇ ਦੀਵਾਨ ਹਾਲ ਮੰਜੀ ਸਾਹਿਬ ਹੈ ਉੱਥੇ ਮਹਾਰਾਜ ਜੀ ਨੇ ਮਾਨਸ ਰਾਜ ਨੂੰ ਚੇਤੇ ਦੇ ਮਹੀਨੇ ਦੀ ਸੰਗਰਾਂਦ ਨੂੰ ਸਾਰਾ ਬਾਰਾਂ ਮਹਾਂ ਬਾਣੀ ਉਚਾਰਿਆ। ਫਿਰ ਦਸਮ ਪਿਤਾ ਜੀ ਨੇ ਦੋ ਬਾਰਾਂ ਮਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਸਰਸਵਤੀ ਜੀ ਨੇ ਆਪ ਆਪਣੇ ਮੁਖਾਰ ਦੇ ਉੱਤੇ ਉਚਾਰੇ। ਉਹਨਾਂ ਵਿੱਚ ਬੜਾ ਬਿਰਹੋ ਭਰਿਆ ਰਸ ਹੈ ਔਰ ਬੜੀ ਬਿਰਹੋ ਭਰੀ ਉਹਦੇ ਵਿੱਚ ਵੇਦਨਾ ਦਾ ਸਰਸਵਤੀ ਜੀ ਨੇ ਨਿਰਣਾ ਕਰਕੇ ਜ਼ਿਕਰ ਕਰਦੇ ਹਾਂ। ਜੀਵ ਦੇ ਅੰਦਰ ਪ੍ਰੇਮ ਵਾਹਿਗੁਰੂ ਦੇ ਚਰਨਾਂ ਨੂੰ ਜੋੜੂੰਗਾ, ਉਹ ਸਾਰਾ ਸੁਖੈਨ ਸਾਧਨ ਕਰਕੇ ਦੱਸਿਆ। ਉਹ ਦਸਮ ਦੀ ਬਾਣੀ ਵਿੱਚ ਵੀ ਦੋ ਬਾਰਾਂ ਮਹਾਂ ਆਉਂਦੇ ਹਨ। ਸੋ ਸਾਧ ਸੰਗਤ ਜੀ, ਇੱਥੇ ਸਤਿਗੁਰੂ ਜੀ ਅੱਜ ਮਹਾਜਾਲ ਦੇ ਵਿੱਚ ਬਾਰਾਂ ਮਹਾਂ ਦੇ ਅੰਦਰ ਰਸਾਖ ਦੁਆਰਾ ਉਪਦੇਸ਼ ਦੇ ਰਹੇ ਹੈ। ਮਨ ਬਿਰਤੀ ਨੂੰ ਅਕਾਦਰ ਕਰਕੇ ਸੁਣੋ ਕਿ ਵਿਸਾਖ ਦੇ ਮਹੀਨੇ ਦਾ ਕੀ ਉਪਦੇਸ਼ ਹੈ। ਅੱਜ ਦੇ ਦਿਨ ਸਤਿਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਭਗਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜਾਂ ਦੇ ਸੀਸ ਲੈ ਕੇ ਪੰਜਾਂ ਨੂੰ ਫਿਰ ਪੰਜ ਬਾਣੀਆਂ ਉੱਪਰ ਤਿਆਰ ਕਰਕੇ ਅੰਮ੍ਰਿਤ ਦੇ ਛੱਟੇ ਮਾਰ ਕੇ ਜਿਉਂਦੇ ਕਰਕੇ ਉਹਨਾਂ ਨੂੰ ਇਸ਼ਨਾਨ ਕਰਾ ਕੇ ਕਾਲ ਧਾਰਨ ਕਰਾ ਕੇ ਅੰਮ੍ਰਿਤ ਦੀ ਰਾਤ ਬਖਸ਼ੀ। ਕਿਉਂ ਅੰਮ੍ਰਿਤ ਪਾਨ ਕਰਨਾ ਵੀ ਇਹ ਪਵਿੱਤਰ ਦਿਹਾੜਾ, ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਹਰ ਜਾਣ ਦਾ ਦੁਆ, ਅੰਮ੍ਰਿਤ ਪੀਵੋ ਸਦਾ ਜਗਤ ਹਰ ਸਿਮਰ ਅਨੰਦ, ਇਹ ਅੰਮ੍ਰਿਤ ਪਾਨ ਕਰਨ ਦਾ ਦਿਹਾੜਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਬਣ ਪਾਉਣਾ। ਜਿਹਨਾਂ ਦਾ ਮਨ, ਜਿਹਨਾਂ ਦੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜ ਗਈ, ਵਿਸਾਖੀ ਦੇ ਉੱਤੇ ਉਹਨਾਂ ਨੇ ਸਭ ਤੋਂ ਦੀ ਪ੍ਰਾਪਤ ਕਰ ਲਈ। ਆਹ ਜਿਹੜਾ ਆਪਾਂ ਸਤਿਗੁਰੂ ਜੀ ਦੀ ਹਜ਼ੂਰੀ 'ਚ ਬੈਠੇ ਹਾਂ, ਇਹ ਸੁਰਤ ਨੂੰ ਸ਼ਬਦ ਨਾਲ ਜੋੜ ਰਹੇ ਔਰ ਸਾਰਾ ਕੁਝ ਇੱਥੋਂ ਸਾਨੂੰ ਪ੍ਰਾਪਤ ਹੋਣਾ ਹੈ।
ਆਓ ਸੰਸਦੀ ਵੈਸਾਖ ਦੇ ਮਹੀਨੇ ਦੀ ਕਥਾ ਸੁਣੋ, ਪ੍ਰੇਮ ਦੇ ਨਾਲ ਥੋੜ੍ਹੇ ਮਿਲ ਪੈ, ਐਨ ਪੂਰੀ ਮਨ ਦੀ ਇਕਾਗਰਤਾ ਬਣਾਓ ਔਰ ਇਸ ਪਾਵਨ ਦਿਹਾੜੇ ਦੇ ਪੂਰੇ ਅਸਲੀ ਤਾਤ ਪ੍ਰਗਟ ਆਪਾਂ ਸੁਣ ਕੇ ਸਮਝ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੈਸਾਖ ਧੀਰਨ ਕਿਉ ਵਾਢੀਆ, ਵੈਸਾਖ ਦੇ ਮਹੀਨੇ ਵਿੱਚ ਵਾਢੀਆ ਨਾਮ ਸਾਧ ਸੰਗੀ ਅੰਬਾਲੇ ਦੇ ਇਲਾਕੇ ਵਿੱਚ ਇਹ ਬੋਲੀ ਹੈ। ਜਵਾਨ ਬੀਬੀਆਂ ਨੂੰ ਵਾਢੀਆ ਕਹਿ ਕੇ ਬੁਲਾਉਂਦੇ। ਵੱਖ ਵੱਖ ਇਲਾਕੇ ਦੀਆਂ ਬੋਲੀਆਂ ਹਨ, ਇੱਕ ਸ਼ਬਦ ਦੇ ਕਈ ਕਈ ਅਰਥ ਹੁੰਦੇ ਆ। ਵਾਢੀ ਦਾ ਅਰਥ ਹੁੰਦਾ ਵਿਛੜੀਆਂ ਹੋਣਾ। ਕਿਸੇ ਮੂਲ ਮਤੀਏ ਨੇ ਗੱਲ ਕਹਿ ਦਿੱਤੀ ਹੈ ਕਿ ਵਿਸਾਖ ਅਤੇ ਵੈਸਾਖ ਅਤੇ ਨੂੰ ਵਾਢੀਆ ਅਤੇ ਵਿਸਾਖੀ ਨੂੰ ਵਾਢੀ ਪੈ ਜਾਂਦੀ ਹੈ, ਤਾਂ ਇਹ ਵਾਢੀਆ ਸ਼ਬਦ ਵਰਤਿਆ। ਇਹ ਨਹੀਂ ਗੱਲ ਹੈ, ਸਾਧ ਸਮਝੀਏ ਕੋਲੋਂ ਬੁਣਾਈ ਹੋਈ ਕਥਨ ਹੈ। ਵਾਢੀਆਂ ਤਾਂ ਪੈਂਦੀਆਂ ਕਈ ਵਾਰੀ, ਹੁਣ ਵਿਸਾਖੀ ਤੋਂ ਪਹਿਲੇ ਵਾਢੀ ਪੈ ਜਾਂਦੀ ਹੈ ਔਰ ਕਈ ਇਲਾਕਿਆਂ 'ਚੋਂ ਅੱਜ ਤੋਂ ਰਾਜਸਥਾਨ ਵਿੱਚ 15-15 ਦਿਨ 20-20 ਦਿਨ ਪਹਿਲੇ ਵਾਢੀ ਸ਼ੁਰੂ ਹੋ ਗਈ। ਵਾਸਤਵ ਦੇ ਵਿੱਚ ਅਸਲੀ ਅਰਥ ਇਹ ਹੈ ਕਿ ਜਿਹੜੀਆਂ ਇਸਤਰੀਆਂ ਪਤੀ ਨਾਲੋਂ ਵਿਛੜ ਚੁੱਕੀਆਂ ਹਨ, ਵਾਢੀਆਂ ਵਿਛੜੀਆਂ ਹੋਈਆਂ ਹਨ, ਉਹਨਾਂ ਨੂੰ ਕਿਵੇਂ ਧੀਰ ਜਾ ਸਕਦਾ, ਨਹੀਂ ਆ ਸਕਦਾ, ਜਿਹਨਾਂ ਨੂੰ ਪਤੀ ਦੇ ਪ੍ਰਸੰਨਤਾ ਦੀ ਦਾਤ ਨਹੀਂ ਪ੍ਰਾਪਤ ਹੋਈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵੈ ਉਹ ਜੋ ਵਾਹਿਗੁਰੂ ਪਰਮੇਸ਼ਰ ਹੈ ਜਿਸਦਾ ਵੇਦਾਂ ਸ਼ਾਸਤਰਾਂ ਦੁਆਰਾ ਸਾਫ ਪ੍ਰਤੀਪਾਦਨ ਕੀਤਾ ਗਿਆ ਹੈ। ਪਰਮੇਸ਼ਰ ਦਾ ਜੋ ਸਰੂਪ ਹੈ ਉਸ ਦਾ ਗਿਆਨ ਸਾਨੂੰ ਸ਼ਾਸਤਰੀ ਕਰਾਉਂਦੇ। ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਡੇ 'ਤੇ ਅਪਾਰੀ ਕਿਰਪਾ ਕਰ ਦਿੰਦੇ, ਉਹ ਤਾਂ ਪਰਮੇਸ਼ਰ ਨੂੰ ਸਾਨੂੰ ਪ੍ਰਤਾਪੀ ਮਿਲਾ ਦਿੰਦੇ ਹੈ। ਐਸਾ ਜੋ ਉਹ ਵਾਹਿਗੁਰੂ ਪਰਮੇਸ਼ਰ ਹੈ, ਜਿਹੜੀਆਂ ਜੀਵ ਰੂਪ ਰੂਪਾਂ ਜਾਂ ਉਹ ਕਹਿ ਲਓ ਕਿ ਜਗਿਆਸੂ ਰੂਪ ਰੂਪਾਂ। ਸਾਧ ਸੰਗਤ ਜੀ, ਵਿਛੋੜੇ ਦਾ ਜਿਹੜਾ ਦੁੱਖ ਹੈ ਨਾ, ਸੁਹਾਗਣ ਨੂੰ ਨਹੀਂ ਉਹਦਾ ਪਤਾ ਹੁੰਦਾ ਵੀ ਉਹਦੀ ਕਿੰਨੀ ਤਕਲੀਫ ਹੈ। ਜਿਹਨੂੰ ਵਿਛੋੜਾ ਪਤੀ ਦਾ ਹੁੰਦਾ ਉਹਨੂੰ ਅਨੁਭਵ ਹੁੰਦਾ ਵੀ ਕਿੰਨਾ ਕੁ ਵੱਡਾ ਡਾਢੀ ਪੀੜ ਹਿਰਦੇ ਦੇ ਵਿੱਚ ਉਸ ਦੇ ਉੱਠਦੀ ਹੈ। ਇਸੇ ਤਰ੍ਹਾਂ ਜਗਿਆਸੂ ਦੇ ਅੰਦਰ ਪਰਮੇਸ਼ਰ ਦੇ ਮਲਾਪ ਦੀ ਜਿੰਨਾ ਚਿਰ ਵਾਹਿਗੁਰੂ ਮਿਲ ਨਹੀਂ ਜਾਂਦਾ। ਹੁਣ ਤੁਸੀਂ ਭਗਤ ਫਰੀਦ ਸਾਹਿਬ ਜੀ ਤੋਂ ਪੁੱਛ ਕੇ ਵੇਖੋ ਵੀ ਉਹਨਾਂ ਦੇ ਅੰਦਰ ਵਿਛੋੜੇ ਦਾ ਕਿੱਡਾ ਦਰਦ ਹੈ, ਕਿੱਡੇ ਵੱਡੇ ਸੰਦ ਉਹਨਾਂ ਦੇ ਹਿਰਦੇ ਵਿੱਚ ਵੱਜਦੇ ਔਰ ਪਏ ਹੋਏ। ਉਹ ਕਹਿੰਦੇ ਹੈ ਤਪ ਤਪ ਲੋਹੇ ਲੋਹੇ ਹਾਥ ਮਰੋ ਬਾਬਲ ਹੋਈ ਸੋ ਸੋ ਸੋਲੋ ਐਸੇ ਮਨ ਮੈਂ ਕੀਆ ਰੋਸ ਮੁੰਝਾ ਬੁਰਨ ਸੈ ਨਾਹੀ ਦੋਸ। ਇਹ ਪਤੀ ਪਰਮਾਤਮਾ, ਮੈਂ ਆਪਣੇ ਆਪ ਦੇ ਸਰੀਰ ਨੂੰ ਤਪੱਸਿਆ ਵਿੱਚ ਸਾੜ ਸਾੜ ਤਪ ਤਪ ਲੋਹੇ ਲੋਹੇ ਤਪ 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 ਕਰ ਕਰਕੇ ਤਪੱਸਿਆ ਕਰ ਕਰਕੇ ਵਿਛੋੜੇ ਦੀ ਅੱਗ ਵਿੱਚ ਤਪਾ ਲਿਆ ਸੜਾ ਲਿਆ, ਪਰ ਅਜੇ ਵੀ ਤੇਰੇ ਮੈਨੂੰ ਦਰਸ਼ਨ ਨਹੀਂ ਹੋਏ, ਤੇਰਾ ਮਿਲਾਪ। ਵਿਛੋੜਾ ਸੁਣੇ ਦੁੱਖ ਬਿਨ ਬਿਠੇ ਮਰਯੋਗ ਬਾਜ ਪਿਆਰੇ ਆਪਣੇ ਬਿਰਹੀ ਨਾ ਕਰੋ। ਬਿਰਹਨਾਂ ਨੂੰ ਧੀਰ ਨਹੀਂ ਆਉਂਦੀ, ਸ਼ਾਂਤੀ ਨਹੀਂ। ਪਤੀ ਵਰਤਾ ਇਸਤਰੀ ਦਾ ਪਤੀ ਘਰ ਤੋਂ ਬਾਹਰ ਗਿਆ ਹੋਵੇ ਨਾ,
ਜਿਹੜੀ ਪਤੀਵਰਤਾ ਇਸਤਰੀ ਹੈ ਸੰਗਤ ਦੀ, ਉਹ ਘਰ ਦੇ ਮੁੱਖ ਦਰਵਾਜ਼ੇ ਦੀ ਦੇਹੜੀ ਵੱਲ ਵੇਖਦੀ ਰਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ। ਅੱਜ ਤੱਕ ਪਤੀਵਰਤਾ ਲਕਸ਼ਣ ਕਿਸੇ ਗਦਰੀਆਂ ਬੀਬੀਆਂ ਸਾਡੀਆਂ ਮਾਈਆਂ ਨੂੰ ਪੁੱਛ ਕੇ ਵੇਖਦੇ, ਪਤੀ ਨੇ ਘਰੋਂ ਚਲੇ ਜਾਣਾ, ਜਿੰਨਾ ਚਿਰ ਆਉਣਾ ਨਹੀਂ ਦਰਵਾਜ਼ੇ ਦੀ ਦੇਹੜੀ ਵੱਲ ਹੀ ਵੇਖੀ ਜਾਣਾ ਸਾਰਾ ਸਾਰਾ ਦਿਨ। ਅਤੇ ਜਦੋਂ ਪਤੀ ਨੇ ਆਉਣਾ ਸਾਡੀਆਂ ਮਾਵਾਂ ਨੂੰ ਚਾਅ ਚੜ੍ਹ ਜਾਂਦਾ, ਖੁਸ਼ੀਆਂ ਵਿੱਚ ਝੂਮਦੀਆਂ, ਖੁਸ਼ੀਆਂ ਦੇ ਵਿੱਚ ਭਰੀਆਂ ਨਹੀਂ ਸਮਾਉਂਦੀਆਂ ਸਨ ਕਿ ਪਤੀ ਸਹੀ ਸਲਾਮਤ ਸੁਖੀ ਸਾਥੀ ਘਰ ਵਿੱਚ ਆ ਗਏ, ਰੱਬ ਦਾ ਅਲੱਗ ਅਲੱਗ ਸ਼ੁਕਰ ਮਨਾਉਂਦੀਆਂ ਸਨ। ਸਾਤ ਸੰਗਤ ਜੀ, ਇਹ ਪਤੀਵਰਤਾ ਇਸਤਰੀ ਦੀ ਇਹ ਭਾਵਨਾ ਵੀ ਹੁੰਦੀ ਹੈ, ਇਹ ਅਵਸਥਾ ਵੀ ਹੁੰਦੀ ਹੈ। ਇਸ ਕਰਕੇ ਵਿਛੋੜਾ ਇਹ ਪ੍ਰਤੱਖ ਵੀ ਉਹਨਾਂ ਚਿਰ ਧੀਰਜ ਚੈਨ ਨਹੀਂ ਆਉਂਦਾ ਜਿੰਨਾ ਚਿਰ ਪਤੀ ਨਹੀਂ ਮਿਲਦਾ, ਪਤੀ ਦੇ ਦਰਸ਼ਨ ਨਹੀਂ ਹੁੰਦੇ, ਦਿਦਾਰ ਨਹੀਂ ਹੁੰਦੇ, ਪਤੀ ਦਾ ਮਿਲਾਪ ਨਹੀਂ ਹੁੰਦਾ। ਲੋਕ ਤਾਂ ਇਸ ਨੂੰ ਇਸ ਚੀਜ਼ ਨੂੰ ਵਿਕਾਰਾਂ ਨਾਲ ਜਾਂ ਵਿਸ਼ਿਆਂ ਵੱਲ ਹੀ ਇੱਕੋ ਪਾਤੀ ਦੇਖ ਕੇ ਉੱਧਰ ਨੂੰ ਹੀ ਆਪਣੇ ਮਨ ਨੂੰ ਲੈ ਜਾਂਦੇ ਆ, ਪਰ ਪਤੀਵਰਤਾ ਇਸਤਰੀ ਦੇ ਅੰਦਰ ਇਹ ਖਿਆਲ ਨਹੀਂ ਹੋਇਆ ਕਰਦਾ। ਉਹ ਤਾਂ ਇੱਦਾਂ ਬੜਾ ਨਿਰਮਲ ਹੁੰਦਾ, ਉੱਜਲ ਹੁੰਦਾ, ਪਵਿੱਤਰ ਰੂਹ ਹੁੰਦੀ ਹੈ ਪਤੀਵਰਤੀ ਇਸਤਰੀ ਤਾਂ ਮਹਾਰਾਜ ਦੀ ਕਿਰਪਾ ਨਾਲ ਸਾਧ ਸਮਝਿਓ ਪੂਜਨ ਯੋਗ ਹੁੰਦੇ। ਧੰਨ ਬੀਬੀ ਰਾਜ ਕੌਰ ਦਾ ਜਦੋਂ ਪਤੀ ਅੱਜ ਦੇ ਦਿਨ ਜਿੱਥੇ ਅੱਜ ਦੁੱਖ ਭੰਜਨੀ ਬੇਰ ਸਾਹਿਬ ਹੈ ਸੰਤ ਦੀ, ਉੱਥੇ ਅੰਮ੍ਰਿਤ ਜਲ ਵਿੱਚ ਇਸ਼ਨਾਨ ਕਰਕੇ ਕੋਹੜੀ ਤੋਂ ਐਨ ਤੰਦਰੁਸਤ ਹੋ ਗਿਆ, ਤਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਕੋਲੇ ਲੈ ਕੇ ਗਏ, ਨਿਰਣਾ ਨਾ ਕਰ ਪਾਈ ਬੀਬੀ ਰਾਜੀ। ਮਹਾਰਾਜ ਕਹਿਣ ਲੱਗੇ, ਹੇ ਪੁੱਤਰੀ, ਤੇਰੇ ਪਤੀ ਵਰਤਾ ਜਿਹੜਾ ਤੇਰਾ ਪਤੀ ਵਰਤਾ ਧਰਮ ਹੈ ਨਾ, ਪਤੀ ਵਰਤਾ ਧਰਮ ਦੀ ਤੂੰ ਤਪੱਸਿਆ ਕੀਤੀ ਹੈ ਨਾ, ਉਸ ਨੂੰ ਅੱਜ ਭਾਗ ਲੱਗੇ ਕਿ ਇਸ ਸਰੋਵਰ ਦੀ ਮਹਿਮਾ ਚਾਰੇ ਦਿਸ਼ਾਵਾਂ ਦੇ ਵਿੱਚ, ਚੌਂ ਕੁੰਟਾਂ ਦਸਾਂ ਦਿਸ਼ਾਵਾਂ ਦੇ ਵਿੱਚ ਕਸਤੂਰੀ ਦੀ ਮਹਿਕ ਦੀ ਤਰ੍ਹਾਂ ਦੁਨੀਆਂ ਵਿੱਚ ਫੈਲ ਗਈ, ਇਸ ਧਰਤੀ ਤੋਂ ਲੈ ਕੇ ਸਵਰਗ ਲੋਕਾਂ ਤੱਕ ਕਰੋੜਾਂ ਕੰਨਾਂ ਤੱਕ ਮਿਲਦਾ। ਇਹ ਪਤੀਵਰਤਾ ਧਰਮ ਦਾ ਐਡਾ ਵੱਡਾ ਸਾਧ ਸੰਗਤੀ ਤਪ ਹੈ, ਐਡੀ ਵੱਡੀ ਕਮਾਈ ਹੈ, ਐਡੀ ਵੱਡੀ ਸਾਧਨਾ। ਇਸ ਕਰਕੇ ਮਹਾਰਾਜ ਕਹਿੰਦੇ, ਵੈ ਸਮਰਥ ਕੀਰਨ ਕਿਉਂ ਵਾਢਿਆ, ਜਿਹਨਾਂ ਨੂੰ ਜਿੰਨਾ ਚਿਰ ਪਤੀ ਨਹੀਂ ਮਿਲਿਆ ਉਹਨਾਂ ਦੇ ਅੰਦਰ ਵਿਛੋੜੇ ਦੇ ਸੱਲ ਔਰ ਵਿਛੋੜੇ ਦੀ ਪੀੜਾ ਉਹਨਾਂ ਨੂੰ ਚੈਨ ਨਹੀਂ ਆਉਣ ਦਿੰਦੀ, ਸ਼ਾਂਤੀ ਨਹੀਂ ਆਉਂਦੀ। ਇਸੇ ਤਰ੍ਹਾਂ ਸੰਤ ਦੀ ਵੈਸਾਖ ਧੀਰਨ ਕਿਉਂ ਵਾਢਿਆ, ਉਹ ਪਤੀ ਰੂਪ ਵਾਹਿਗੁਰੂ ਪਰਮੇਸ਼ਰ ਜਿਹਨਾਂ ਜਗਾਸੂਆਂ ਨੂੰ, ਜਿਹਨਾਂ ਭਗਤਾਂ ਨੂੰ, ਜਿਹਨਾਂ ਸਾਧੂਆਂ ਨੂੰ, ਜਿਹਨਾਂ ਸਾਧੂਆਂ ਨੂੰ ਅੱਜ ਕੱਲ੍ਹ ਤਾਂ ਸਾਧੂਆਂ ਦੀ ਲੋਕ ਨਿੰਦਿਆ ਕਰਦੇ ਆ, ਸੰਤਾਂ ਦੀ ਵੀ ਨਿੰਦਿਆ ਕਰਦੇ ਆ, ਭਗਤਾਂ ਦੀ ਵੀ ਕਰਦੇ ਆ, ਪਰ ਸਤਿਗੁਰੂ ਜੀ ਨੇ ਤਾਂ ਸੰਤਾਂ ਦਾ ਵੀ ਸਤਿਕਾਰ ਕੀਤਾ, ਭਗਤਾਂ ਦਾ ਵੀ ਸਤਿਕਾਰ ਕੀਤਾ, ਸਾਧੂਆਂ ਦਾ ਵੀ ਕੀਤਾ, ਸਭ ਦਾ ਹੀ ਕੀਤਾ। ਇਸ ਕਰਕੇ ਜਿਹੜੇ ਵਾਹਿਗੁਰੂ ਨਾਲੋਂ ਜਿਹਨਾਂ ਨੂੰ ਪਰਮੇਸ਼ਰ ਦਾ ਵਿਛੋੜਾ ਹੈ, ਐਸੇ ਜਗਿਆਸੂਆਂ ਨੂੰ ਕਦੇ ਵੀ ਧੀਰਜ ਨਹੀਂ ਆ ਸਕਦਾ। ਜਿੰਨਾ ਪ੍ਰੇਮ ਵਿਛੋੜਾ ਪਾਉਣ ਦਾ ਕੀ ਕਾਰਨ ਹੈ, ਮਨ ਵਿੱਚ ਪ੍ਰੇਮ ਨਹੀਂ ਪੈਦਾ ਹੋਇਆ, ਪ੍ਰੇਮ ਦਾ ਵਿਛੋੜਾ ਤਾਂ ਹੀ ਪਰਮਾਤਮਾ ਦੀ ਪਤੀਵਰਤਾ ਦੇ ਹਿਰਦੇ ਵਿੱਚ ਪ੍ਰੇਮ ਹੋਵੇਗਾ ਤਾਂ ਸਾਧ ਸੰਗਤ ਦੀ ਪਤੀ ਦੀ ਪ੍ਰਸੰਨਤਾ ਨੂੰ ਹਾਸਲ ਕਰ ਲਏਗੀ,
ਜੇ ਪਤੀ ਦਾ ਪ੍ਰੇਮ ਹੀ ਨਹੀਂ ਤਾਂ ਪਤੀ ਦੀ ਖੁਸ਼ੀ ਕਿੱਥੋਂ ਮਿਲਣੀ? ਬਾਹਰੋਂ ਬਾਹਰੋਂ ਤਾਂ ਗੱਲਾਂ ਬੱਤਾਂ ਕਰਕੇ ਵਿਚਾਰ ਦਿੰਦੀ ਹੈ, ਅੰਤਰੀਬ ਤੌਰ ਤੇ ਮਨ ਵਿੱਚੋਂ ਭਾਵਨਾ ਨਹੀਂ, ਪਰ ਜੇ ਹੈ ਫਿਰ ਕਹਿਣ ਕਥਨ ਦੀ ਲੋੜ ਨਹੀਂ। ਫਿਰ ਪਤੀ ਜਾਣਦਾ ਕਿ ਇਸ ਦਾ ਮੇਰੇ ਪ੍ਰਤੀ ਕੀ ਨਿਸ਼ਚਾ ਹੈ, ਕੀ ਭਾਵਨਾ ਹੈ, ਕੀ ਭਾਵ ਹੈ, ਕੀ ਇਹਦੇ ਹਿਰਦੇ ਦੀ ਵੇਦਨਾ। ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਦਿਲਾਂ ਦੇ ਰਾਹ, ਆਪ ਹਿਰਦੇ ਦੇ ਵਿੱਚੋਂ ਹੀ ਹਲਾਕ ਦੀ ਅੰਸ਼ ਪੈਦਾ ਹੁੰਦਾ, ਹਿਰਦੇ ਦੇ ਵਿੱਚੋਂ ਖਿੱਚ ਪੈਦਾ ਹੁੰਦਾ। ਇਸ ਕਰਕੇ ਪ੍ਰੇਮ ਦਾ ਵਿਛੋੜਾ ਪੈ ਗਿਆ, ਪ੍ਰੇਮ ਨਹੀਂ ਹੈ, ਤਾਂ ਕਰਕੇ ਵਾਹਿਗੁਰੂ ਤੋਂ ਵਿਛੜ ਗਿਆ। ਜੇ ਪ੍ਰੇਮ ਆ ਗਿਆ ਤਾਂ ਵਾਹਿਗੁਰੂ ਦਾ ਮਿਲਾਪ ਵੀ ਪ੍ਰਾਪਤ ਹੋ ਜਾਏਗਾ। ਪ੍ਰੇਮ ਸਾਧ ਸੰਗਤ ਜੀ ਪੁੱਲ ਹੈ, ਵਾਹਿਗੁਰੂ ਦੇ ਮਿਲਾਪ ਦੇ ਪ੍ਰਾਪਤੀ ਕਰਾਉਣ ਵਾਲਾ। ਇਸ ਕਰਕੇ ਜਿਨ੍ਹਾਂ ਨੇ ਪ੍ਰੇਮ ਦੇ ਪੁੱਲ 'ਤੇ ਕਦਮ ਰੱਖ ਲਏ ਉਹ ਪਰਮੇਸ਼ਰ ਦੇ ਦਰ ਤੱਕ ਪਹੁੰਚ ਗਏ, ਸਾਧਨਾ ਕੀਤੀ ਉਹਨਾਂ ਨੇ। ਪ੍ਰੇਮ ਐਵੇਂ ਗੱਲੀ ਬਾਤੀ ਨਹੀਂ, ਪ੍ਰੇਮ ਤਾਂ ਸੰਗਤ ਦੀ ਸਾਧਨਾ ਨਾਲ ਹੀ ਪੈਦਾ ਹੁੰਦਾ। ਪ੍ਰੇਮ ਐਵੇਂ ਨਹੀਂ ਬਣ ਜਾਂਦਾ। ਇੱਕ ਮਾਂ ਰੋਟੀ ਆਟਾ ਗੁੰਨ ਕੇ ਬਣਾਉਂਦੀ ਹੈ, ਜਦੋਂ ਸਾਧ ਸਮਝੀ ਉਸ ਆਟੇ ਵਿੱਚ ਪਾਣੀ ਪਾਉਂਦੀ ਹੈ, ਉਸ ਆਟੇ ਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਗੁੰਨ ਕੇ ਮੁੱਕੀਆਂ ਦਿੰਦੀ ਹੈ, ਫਿਰ ਪੇੜੇ ਕਰਦੀ ਹੈ, ਫਿਰ ਅੱਗ ਬਾਲਦੀ ਹੈ, ਤਵਾ ਧੋ ਮਾਂਜ ਉੱਤੇ ਰੱਖਦੀ ਹੈ, ਚੱਕਲੇ 'ਤੇ ਰੱਖ ਕੇ ਉੱਤੇ ਵੇਲਦੀ ਹੈ, ਫਿਰ ਹੌਲੀ ਹੌਲੀ ਉਹਨੂੰ ਪਕਾਉਂਦੀ ਹੈ, ਸੇਕ ਨਾ ਲੱਗਦੇ, ਕੱਚੀ ਨਾ ਰਹਿ ਗਏ, ਫਿਰ ਉਹ ਗਰਮ ਗਰਮ ਪ੍ਰਸ਼ਾਦਾ ਆਪਣੇ ਪੁੱਤ ਦੇ ਅੱਗੇ ਪਰੋਸਦੀ ਹੈ। ਫਿਰ ਕਿਤੇ ਜਾ ਕੇ ਬੱਚੇ ਨੂੰ ਪਤਾ ਲੱਗਦਾ ਕਿ ਮੇਰੀ ਮਾਂ ਦੀ ਬਣਾਈ ਹੋਈ ਰੋਟੀ, ਮਾਂ ਦਾ ਬਣਾਇਆ ਹੋਇਆ ਪ੍ਰਸ਼ਾਦਾ, ਜਿਹੜੀ ਮੈਨੂੰ ਇਹ ਪ੍ਰਸ਼ਾਦਾ ਸ਼ਾਂਤੀ ਦਏਗਾ, ਹੋਰ ਕਿਤੋਂ ਮੈਨੂੰ ਉਹ ਆਨੰਦ, ਉਹ ਸ਼ਾਂਤੀ, ਉਹ ਰਸ ਨਹੀਂ ਆਉਂਦਾ। ਇਹ ਰਸ ਪ੍ਰੇਮ ਕਿਉਂ ਪੈਦਾ ਕੀਤਾ? ਉਹਦੇ ਰੋਟੀ ਵਿੱਚ ਉਹਦੀ ਮਿਹਨਤ ਨੇ ਪੈਦਾ ਕੀਤਾ, ਉਹਦੇ ਧਿਆਨ ਨੇ, ਉਹਦੀ ਅੰਦਰਲੀ ਖਿੱਚ ਨੇ ਪੈਦਾ ਕੀਤਾ। ਉਹ ਇਹੀ ਸਾਧ ਸੰਗਤ ਦੀ ਭਗਤੀ ਮਾਰਗ ਦੇ ਵਿੱਚ ਵੀ ਇਹੀ ਸਾਰਾ ਕੁਝ ਚੱਲਦਾ। ਜੇ ਅੰਦਰੋਂ ਖਿੱਚ ਨਹੀਂ, ਪ੍ਰੇਮ ਨਹੀਂ, ਤਾਂ ਵਾਹਿਗੁਰੂ ਦਾ ਮਿਲਾਪ ਨਹੀਂ, ਵਾਹਿਗੁਰੂ ਦਾ ਮਿਲਾਪ ਨਹੀਂ ਤਾਂ ਸ਼ਾਂਤੀ ਨਹੀਂ। ਪ੍ਰੇਮ ਪੈਦਾ ਕਿਵੇਂ ਹੋਵੇਗਾ? ਸੇਵਾ ਕਰਾਂਗੇ, ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਐਨ ਮਨ ਪਨ ਕਰਕੇ ਅੰਦਰੋਂ ਜੁੜ ਜਾਵਾਂਗੇ ਸਹਿਜੇ ਸਹਿਜੇ, ਫਿਰ ਉਹ ਪ੍ਰੇਮ ਪੈਦਾ ਹੋਵੇਗਾ। ਪ੍ਰੇਮਾ ਭਗਤੀ ਦੀ ਸਭ ਤੋਂ ਵੱਡੀ ਮਹਾਨਤਾ, ਪ੍ਰੇਮਾ ਭਗਤੀ ਦੇ ਵਿੱਚ ਜਿਹੜਾ ਪ੍ਰੇਮੀ ਹੈ ਵਾਹਿਗੁਰੂ ਦਾ, ਉਹ ਆਪਣਾ ਆਪ ਖੋ ਬੈਠਦਾ, ਆਪਣਾ ਆਪ ਨੂੰ ਚੇਤੇ ਨਹੀਂ ਰਹਿ ਜਾਂਦਾ ਕਿ ਮੈਂ ਕਿੱਥੇ ਹਾਂ ਜਾਂ ਮੈਂ ਕੀ ਕਰਦਾ। ਬੜੀਆਂ ਗੁਰੂ ਘਰ ਦੇ ਵਿੱਚ ਉਦਾਹਰਣਾਂ ਹਨ, ਸਮਾਂ ਨਹੀਂ ਆ ਗਿਆ। ਸੰਤ ਬਾਬਾ ਗੁਰਦਿੱਤ ਸਿੰਘ ਜੀ ਇੱਕ ਬੜੇ ਸਿੱਧ ਮਹਾਤਮਾ ਹੋਏ ਸੰਤ ਜੀ, ਪਿੰਡ ਧੂਲਕੋਟ ਹੈ ਮੋਗੇ ਦੇ ਕੋਲ, ਉਸ ਪਿੰਡ ਵਿੱਚ ਬ੍ਰਹਮ ਗਿਆਨੀ ਪੰਥ ਰਤਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਨਾਮ 'ਤੇ ਉਹਨਾਂ ਨੇ ਪ੍ਰਸ਼ਾਦਾ ਬੜੇ ਪ੍ਰੇਮ ਨਾਲ ਬਣਾਈ ਜਾਣਾ ਕਹੀ ਜਾਣਾ, ਜੀ ਕਹਿ ਕਹਿ ਕੇ ਹਰ ਵਸਤੂ ਪਹੁੰਚੋ, ਆਟਾ ਜੀ ਲਿਆਓ, ਜਲ ਲਿਆਓ ਜੀ, ਥਾਲੀ ਧੋ ਲਓ ਜੀ, ਗਲਾਸ ਮਾਂਜ ਲਓ ਜੀ, ਸਬਜ਼ੀ ਲਿਆਓ ਜੀ,
ਸਾਰਾ ਕੁਛ ਜੀ ਕਹਿ ਕਹਿ ਕੇ ਉਹਨਾਂ ਨੇ ਘੰਟਿਆਂ ਬੰਦੀ ਤਿਆਰੀ ਕਰਤੀ। ਕਿਰਪਾਨ ਲਿਆਓ ਜੀ, ਸੁੱਚੇ ਬਸਤਰ ਨਾਲ ਢਹੋ ਜੀ, ਧੂਪ ਦਿਓ ਜੀ, ਫਿਰ ਅਰਦਾਸ ਕਰ। ਅਰਦਾਸ ਕਰਕੇ ਸਾਰ ਸੰਗਤ ਜੀ ਉਹਨਾਂ ਨੇ ਭੋਗ ਲਵਾ ਕੇ ਨਾ ਇਹ ਹੱਥ ਦੇ ਵਿੱਚ ਜਦੋਂ ਚਮਚਾ ਲੈ ਕੇ ਐਂ ਕਈ ਮੇਰੀ ਨਾ ਇੱਦਾਂ ਚਮਚਾ ਲੈ ਕੇ ਕੋਲੇ ਕਰਨਾ, ਚਾਰ ਚਾਰ ਘੰਟੇ ਸਮਾਧੀ ਪੰਜ ਪੰਜ ਘੰਟੇ ਲੱਗੀ ਰਹੀ ਸੀ। ਇਹ ਅਵਸਥਾ ਇਸ ਰਸ ਨੂੰ ਉਹੀ ਜਾਣਦਾ ਸੰਤ ਬਾਬਾ ਇੰਦਰ ਸਿੰਘ ਜੀ ਬਦਨੀ ਕਲਾਂ ਵਾਲੇ ਕਿਸੇ ਦੇ ਘਰੇ ਅਖੰਡ ਪਾਠ ਦਾ ਭੋਗ ਪਿਆ, ਘਰ ਵਾਲਿਆਂ ਨੇ ਹੱਠ ਕਰ ਲਿਆ। ਸੰਤ ਬਾਬਾ ਇੰਦਰ ਸਿੰਘ ਜੀ ਕਹਿਣ ਲੱਗੇ ਭਾਈ ਤੁਸੀਂ ਸੰਗਤ ਨੂੰ ਪ੍ਰਸ਼ਾਦਾ ਛਕਾ ਦਿਓ। ਕਹਿੰਦੇ ਜੀ ਸੰਤ ਆਉਣਗੇ ਤਾਂ ਛਕਾਵਾਂਗੇ, ਪਹਿਲਾਂ ਸੰਤਾਂ ਨੂੰ ਛਕਾਓ। ਬਾਬਾ ਇੰਦਰ ਸਿੰਘ ਜੀ ਕਹਿੰਦੇ ਵੇਖ ਲਓ ਭਾਈ ਸਾਡਾ ਵਚਨ ਮੰਨ ਲਓ, ਮੰਨਿਆ ਹੀ ਨਾ। ਸੰਤ ਬਾਬਾ ਗੁਰਦਿੱਤ ਸਿੰਘ ਜੀ ਆਏ, ਉਹਨਾਂ ਨੇ ਆਪਣੀਆਂ ਕਿਰਿਆ ਸ਼ੁਰੂ ਕਰਤੀ। ਮਹਾਰਾਜ ਨੂੰ ਭੋਗ ਲਾਉਣ ਦੀ ਇੱਥੇ ਚਮਚਾ ਗਿਆ, ਗਿਆਰਾਂ ਵਜੇ ਦੇ ਬੈਠੇ ਸਾਧ ਸੰਗਤ ਜੀ, ਚਾਰ ਵਜੇ ਲਾ ਕੇ ਉਹਨਾਂ ਦੇ ਨਿਕਲ ਖੁੱਲ੍ਹੇ, ਚਮਚਾ ਇੱਥੇ ਹੀ ਹੈ। ਚਾਰ ਵਜੇ ਉਹਨਾਂ ਨੇ ਛਕਿਆ, ਚਾਰ ਵਜੇ ਸੰਤ ਨੂੰ ਪ੍ਰਸ਼ਾਦਾ ਵਰਤਾਇਆ। ਉਵੇਂ ਸੰਤ ਬਾਬਾ ਇੰਦਰ ਸਿੰਘ ਜੀ ਬੈਠੇ, ਇਹ ਹੁੰਦਾ ਇਹ ਸਤਪੁਰਸ਼ ਜਾਣਦੇ ਇਸ ਅਵਸਥਾ, ਇਸ ਰਸ ਨੂੰ ਉਹੀ ਜਾਣਦਾ। ਮਾਂ ਨੂੰ ਉਨਾ ਚਿਰ ਤ੍ਰਿਪਤੀ ਨਹੀਂ ਆਉਂਦੀ ਜਿੰਨਾ ਚਿਰ ਪੁੱਤ ਦੇ ਮੂੰਹ ਵਿੱਚ ਗੁਰਤੀ ਨਹੀਂ ਚਲੀ ਜਾਂਦੀ, ਆਉਂਦੀ ਨਹੀਂ ਸਾਰਾ ਦਿਨ ਰੋਟੀ। ਅਸਲੀ ਪ੍ਰੇਮ ਆ ਉਹਦੇ ਮਨ ਵਿੱਚ, ਉਹਨੇ ਘਾਲਣਾ ਘਾਲੀ ਆ, ਉਹਨੇ ਮਿਹਨਤ ਕੀਤੀ ਆ, ਮੁਸ਼ਕਲ ਕੀਤੀ। ਇਸੇ ਤਰ੍ਹਾਂ ਸੰਗਤ ਦੀ ਵਾਹਿਗੁਰੂ ਦੇ ਪਿਆਰੇ ਨੂੰ ਮੁਸ਼ਕਲ ਕਰਤਾ, ਬਿਨਾਂ ਘਾਲਣਾ ਤੋਂ ਮੁਸ਼ਕਲ ਤੋਂ ਪ੍ਰੇਮ ਨਹੀਂ ਪੈਦਾ ਹੁੰਦਾ। ਐਵੇਂ ਗੱਲਾਂ ਬਾਤਾਂ ਨਾਲ ਨਹੀਂ ਪ੍ਰੇਮ ਕਦੇ ਆਉਂਦਾ ਮਨ ਵਿੱਚ, ਘਾਲਣਾ ਘਾਲਣਾ ਕਿਉਂ? ਪ੍ਰੇਮ ਵਿਛੋੜੋ, ਪ੍ਰੇਮ ਦਾ ਵਿਛੋੜਾ ਪ੍ਰੇਮ ਤੋਂ ਦੂਰ ਹੋ ਗਏ, ਵਾਹਿਗੁਰੂ ਦਾ ਪ੍ਰੇਮ ਨਹੀਂ ਹੈ ਮਨ ਵਿੱਚ। ਜੇ ਪ੍ਰੇਮ ਨਹੀਂ ਤਾਂ ਪਰਮੇਸ਼ਰ ਨਾਲ ਵਿਛੜ ਗਈਆਂ ਹੁੰਦੀਆਂ ਸਰੂਪ ਜੀਵ ਇਸਤਰੀਆਂ, ਤੇ ਫਿਰ ਧੀਰਜ ਵੀ ਨਹੀਂ ਹੈ, ਸ਼ਾਂਤੀ ਵੀ ਨਹੀਂ ਹੈ। ਹਰੀ ਸੱਜਣ ਜੋ ਸਾਰਿਆਂ ਦਾ ਪਿਆਰਾ ਹੈ, ਉਸ ਪਿਆਰੇ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਭਰਾਉਣ ਕਰਕੇ ਲੱਗੀ ਮਾਇਆ ਤੋਂ ਮਾਇਆ ਦੀ ਲੋੜ ਜ਼ਰੂਰ ਹੈ, ਹਰ ਗੁਰਸਿੱਖ ਕੋਲੇ ਹੋਣੀ ਚਾਹੀਦੀ ਹੈ। ਇਹ ਨਹੀਂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪੰਥ ਹੈ ਜਾਂ ਖਾਲਸਾ ਪੰਥ, ਉਹ ਇਹ ਤਿਆਗੀ ਨਹੀਂ ਹੈ। ਲੋੜ ਹੈ, ਲੋੜ ਅਨੁਸਾਰ ਕਮਾਈ ਵੀ ਕਰੋ, ਲੋੜ ਅਨੁਸਾਰ ਮਹਾਰਾਜ ਅੱਗੇ ਬੇਨਤੀਆਂ ਵੀ ਕਰੋ। ਮੈਂ ਸਿੱਖ ਦੇ ਡੰਡੇ ਦਾ ਪੰਥ ਹੀ ਨਹੀਂ ਤੇ ਮੈਂ ਥੱਲੇ ਵਾਲੀ ਗੱਲ ਹੀ ਛੱਡ ਦਿਆਂ, ਉਹ ਤਾਂ ਫਿਰ ਮੇਰੀ ਬੇਸਮਝੀ ਕੰਮ ਅਗਲੀ ਦੀ ਗੱਲ ਹੈ। ਜੇ ਦੁਨੀਆਂ ਵਿੱਚ ਸਾਧ ਸੰਗਤ ਦੀ ਦੁਨਿਆਵੀ ਸੁੱਖਾਂ ਦੀ ਕਮੀ ਘਾਟ ਹੈ, ਇਹ ਵੀ ਇੱਕ ਜੀਵਨ ਵਿੱਚ ਵੱਡੀ ਘਾਟ ਬਣੀ ਰਹੀ ਹੈ। ਭਗਤਾਂ ਨੇ ਐਵੇਂ ਨਹੀਂ ਕਿਹਾ ਭੁੱਖੇ ਭਗਤ ਨੂੰ ਕੀ ਦੇ ਜਾ, ਮਨ ਆਪਣੀ ਦੀ ਹੈ, ਸੁੱਖ ਵੀ ਮੰਗਣਾ, ਪਦਾਰਥ ਵੀ ਮੰਗਣਾ, ਦਾਤ ਵੀ ਮੰਗਣੀ, ਆਪਣੇ ਸਤਿਗੁਰੂ ਤੋਂ ਮੰਗੋ, ਮਹਾਰਾਜ ਕਿਰਪਾ ਕਰਦੇ ਇਹ ਲੋੜਾਂ ਪੂਰੀਆਂ ਕਰ। ਪਰ ਲੋੜਾਂ ਪੂਰੀਆਂ ਹੁੰਦਿਆਂ ਸੁਣਦਿਆਂ ਸਭ ਕੁਛ ਹੋਣ ਦੇ ਬਾਵਜੂਦ ਜੇ ਫਿਰ ਵੀ ਮਾਇਆ ਦੇ ਪਦਾਰਥਾਂ ਵਿੱਚ ਰੱਬ ਨੂੰ ਭੁਲਾ ਕੇ ਪਿਆਰੇ ਪਰਮੇਸ਼ਰ ਨੂੰ ਭੁਲਾ ਕੇ ਫਸਿਆ ਹੋਇਆ ਐਸੇ ਵਾਹਿਗੁਰੂ ਨੂੰ
ਲੱਗੀ ਮਾਇਆ ਧੋ। ਮਾਇਆ ਦਾ ਹੀ ਮਨ ਵਿੱਚ ਇੱਕੋ ਇੱਕ ਦੁੱਖ ਦੁਖੀ ਵੀ ਲੱਗੀ ਹੋਈ ਹੈ, ਬਸ ਹੋਰ ਕੋਈ ਗੱਲ ਹੀ ਨਹੀਂ ਅੰਦਰ ਚੱਲ ਜਾਂ ਧੋ ਨਾਮ ਧੋਖਾ ਦੇਣ ਵਾਲੀ ਮਾਇਆ ਦੇ ਵਿੱਚ ਹੀ ਲੰਘ ਗਿਆ, ਫਸ ਗਿਆ, ਇਸੇ ਵਿੱਚ ਹੀ ਫਸ ਕੇ ਰਹਿ ਗਿਆ ਹੈ। ਵਾਹਿਗੁਰੂ ਨੂੰ ਜੇ ਕਰਕੇ ਭੁਲਾ ਦਿੱਤਾ ਇਸ ਜੀਵ ਨੇ। ਪੁੱਤਰ ਕਲੰਦਰ ਨਾ ਸੰਗ ਧਨਾ, ਪੁੱਤਰਾਂ ਲਈ ਵੀ ਕਲੰਦਰ, ਇਸਤਰੀ ਔਰ ਸੰਗ ਸਾਥੀ ਜਿੰਨੇ ਵੀ ਅਮਿੱਤਰ ਧਨ ਆਦਿਕ ਜਿਹੜਾ ਇਹ ਹੈ, ਸੰਗ ਦੇ ਸਾਥੀ ਨਹੀਂ ਬਣਦੇ ਲੋਕ, ਕੋਈ ਮਦਦ ਨਹੀਂ ਇਹਨਾਂ ਚੋਂ ਕਰਦਾ। ਇੱਕ ਨਾਸ਼ ਤੋਂ ਰਹਿ ਤੋਂ ਉਹੀ ਪਰਮਾਤਮਾ ਹੈ ਜਿਹੜਾ ਸਾਥੀ ਬਣ ਕੇ ਰੱਖਿਆ ਕਰੇਗਾ। ਪਲਚ ਪਲਚ ਸਗਲੀ ਹੋਈ, ਦੁਨੀਆ ਦੇ ਧੰਦਿਆਂ ਵਿੱਚ ਮਾਇਆ ਦੇ ਧੰਦਿਆਂ ਵਿੱਚ ਫਸ ਕੇ ਪਲਚ 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 ਕੇ ਪਰਚੇ ਹੀ ਰਹਿੰਦਾ, ਮਨ ਨਿਕਲਦਾ ਹੀ ਨਹੀਂ ਵਿੱਚੋਂ, ਪਲਚ ਫਸ ਫਸ ਕੇ ਪੰਚ ਉਲਝ ਉਲਝ ਕੇ ਸਾਰੀ ਸ੍ਰਿਸ਼ਟੀ ਦਿਨ ਰਾਤ ਮਰਦੀ ਜੰਮਦੀ ਜਾ ਰਹੀ ਹੈ, ਮਰਦੀ ਜਾ ਰਹੀ ਹੈ। ਝੂਠਾ ਧੰਦਾ ਮੋਹ, ਇਹ ਝੂਠੇ ਧੰਦਿਆਂ ਦੇ ਵਿੱਚ ਮੋਹ ਦੇ ਵਿੱਚ ਹੀ ਫਸਿਆ, ਕਹਿੰਦਾ ਮੇਰੇ ਕੋਲੋਂ ਵਾਹਿਗੁਰੂ ਨਹੀਂ ਕਿਹਾ ਜਾਂਦਾ, ਮੈਂ ਨਹੀਂ ਨਿਤਨੇਮ ਕਰ ਸਕਦਾ, ਮੈਂ ਨਹੀਂ ਗੁਰਦੁਆਰੇ ਜਾਂਦਾ, ਮੈਨੂੰ ਕੰਮਾਂ ਧੰਦਿਆਂ ਤੋਂ ਵੇਹ ਲੈਣੀ ਹੈ। ਮਨ ਕਿਵੇਂ ਆਉਂਦੇ ਫਿਰ ਠੀਕ ਹੈ, ਝੂਠੇ ਧੰਦਿਆਂ ਦੇ ਵਿੱਚ ਜੇ ਤੇਰਾ ਮੋਹ ਹੈ ਫਿਰ ਤੇਰੀ ਹਾਲਤ ਵੀ ਹੈ ਜਿਵੇਂ ਹੋਰ ਦੁਨੀਆਂ ਫਸ ਫਸ ਕੇ ਮਰ ਗਈ ਹੈ, ਤੂੰ ਵੀ ਫਸ ਫਸ ਕੇ ਮਰ। ਮਾਂ ਬਾਪ ਪੁੱਤ ਨੂੰ ਕਹਿੰਦੇ ਆ ਭਾਈ ਆਹ ਕੰਮ ਨਾ ਕਰੇ, ਮਾੜਾ ਕਹਿੰਦਾ ਕਰਨਾ ਨਸ਼ਾ ਕਰਨਾ ਸੰਗਤ ਕਰਨੀ, ਕਹਿੰਦੇ ਜਾ ਫਿਰ ਮਰ ਮਰ ਪਰੇ ਜਾ, ਮਰ ਲੈ ਫਿਰ ਮਰ ਖਾ ਖਾ। ਇਹ ਇੱਕ ਸੌਖਾ ਸਤਿਗੁਰੂ ਜੀ ਨੇ ਸਾਨੂੰ ਭਾਵ ਸਮਝਾਇਆ, ਕਿਉਂ ਵੀ ਝੂਠੇ ਧੰਦਿਆਂ ਦੇ ਮੂੰਹ ਵਿੱਚ ਜਿਵੇਂ ਹੋਰ ਫਸ ਫਸ ਕੇ ਮਰ ਗਏ, ਫਿਰ ਤੂੰ ਵੀ ਮਰਿਆ ਰਹੋ, ਨਾ ਤਾਂ ਆਪਣੀ ਕੋਈ ਕਲਿਆਣ ਦਾ ਰਸਤਾ ਮਾਰਗ ਅਖਤਿਆਰ ਅੱਗੇ ਨਾ ਤੁਰ, ਫਿਰ ਤੇਰੀ ਮਰਜ਼ੀ ਹੈ ਮਾਰਗ ਕਹਿੰਦੇ। ਇਸ ਕਰਕੇ ਫਿਰ ਜਿਹੜੇ ਰਸਤੇ ਦੁਨੀਆਂ ਤੁਰੀ ਜਾਂਦੀ ਹੈ ਤੂੰ ਵੀ ਤੁਰਿਆ ਜਾਏਗਾ। ਇਸ ਕਰਕੇ ਵਾਹਿਗੁਰੂ ਨੇ ਤਾਂ ਤੇਰੀ ਸਹਾਇਤਾ ਕਰਨੀ ਸੀ, ਪਰ ਕਰੇਗਾ ਤਾਂ ਜੇ ਤੇਰੇ ਮਨ ਵਿੱਚ ਪ੍ਰੇਮ ਹੋਏਗਾ, ਜੇ ਵਾਹਿਗੁਰੂ ਨੂੰ ਭੁਲਾਵੇਂਗਾ ਹੀ ਕਦੇ ਵੀ ਉਸ ਨੂੰ ਯਾਦ ਰੱਖੇਗਾ, ਫਿਰ ਤੇਰੀ ਜ਼ਰੂਰ ਸਹਾਇਤਾ ਕਰੇਗਾ। ਇੱਕ ਸਹਾਰ ਕੇ ਨਾਮ ਬਿਨਾ, ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਅੱਗੇ ਲਈ ਹੈ ਖੋਹੇ, ਲੋਕ ਵਿੱਚ ਖੋਹ ਲੈਂਦੇ ਕੀ। ਕਹਿੰਦਾ ਮੈਂ ਇੱਕ ਛਤਰੀ ਦੇ ਦਿੱਤੀ ਗਰਮੀ ਦੇ ਵਿੱਚ ਲੋਕਾਂ ਦੇ ਸਿਰ ਤੇ, ਧੁੱਪ ਪੈਣ ਤੋਂ ਆਰਾਮ ਮਿਲੂਗਾ। ਜਮ ਕਹਿੰਦੇ ਲਿਆ, ਜਿਵੇਂ ਇੱਥੇ ਰਿਸ਼ਵਤ ਹੋਰ ਬੰਦੇ ਹੁੰਦੇ ਆ, ਕਹਿੰਦੇ ਅਫਸਰ ਕਹਿੰਦੇ ਪੈਸੇ ਵੱਧ ਚ ਕੰਮ ਕਰਾਉਣਾ ਤਾਂ ਹੋਊਗਾ, ਤੇ ਜਮ ਵੀ ਕਹਿੰਦੇ ਅਜੇ ਸੁਖੀ ਹੋਣਾ ਨਾ, ਉਹ ਜਿਹੜੀ ਛਤਰੀ ਥੋੜਾ ਜਿਹਾ ਪੁੰਨ ਕੀਤਾ ਸੀ, ਦਾਨ ਕੀਤਾ ਸੀ, ਦਾਨ ਕਰਦੇ ਸਾਨੂੰ ਜੋ ਉਹਨਾਂ ਦਾ ਵੀ ਉਹਨਾਂ ਨੂੰ ਸ਼ਾਂਤੀ ਦੀ ਨਾ, ਜਮਾਂ ਨੂੰ ਭਟਕਣ ਵਾਲੀਆਂ ਰੂਹਾਂ ਹਨ, ਅਪਸ਼ਬਦ ਹਨ। ਉਹ ਕਹਿੰਦੇ ਤੇਰੇ ਪੁੰਨ ਨਾਲ ਸਾਨੂੰ ਸ਼ਾਂਤੀ ਆ ਗਿਆ, ਭੁੱਲਿਆ ਚੁੱਕਿਆ ਕਿਸੇ ਪਿਆਸੇ ਨੂੰ ਪਾਣੀ ਦਾ ਗਲਾਸ ਪਿਆ ਤਾ, ਕਹਿੰਦੇ ਲਿਆ ਉਹ ਦਾਨ ਦਾ ਫਲ ਦੇ ਦੇ, ਤੈਨੂੰ ਪਾਣੀ ਪਿਆ ਦਿੰਦੇ ਹਾਂ, ਤੈਨੂੰ ਛਾਵੇਂ ਬਿਠਾ ਦਿੰਦੇ ਹਾਂ, ਛਤਰੀ ਦਿੱਤੀ ਤੂੰ ਪਹਿਲਾਂ ਮਿੰਟ ਦੋ ਮਿੰਟ। ਇਹ ਇਹੋ ਜਿਹੜੇ ਪੁੰਨ ਦਾਨ ਕੀਤੇ ਹੁੰਦੇ, ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਾ ਦਾਤੀ ਲੋਟੈ, ਨਿਰਵਾਣ ਕੀਰਤਨ ਗਾਵੋ ਕਰਦੇ ਕਾ ਨਿਮ ਸਿਮਰ ਜਿਤ ਝੂਟੈ। ਆਪਾਂ ਦਿਸਦੀ ਹਾਂ ਭਾਈ
ਇੱਕ ਗੱਲ ਚੇਤੇ ਰੱਖੋ, ਹਮੇਸ਼ਾ ਮੈਂ ਸੌਖੇ ਸ਼ਬਦਾਂ 'ਚ ਸਮਝਾਉਣਾ, ਪੁੰਨ ਦਾਨ ਤਾਂ ਕਰੇ ਸਰੀਰ ਸੋ ਦਿਲ ਹੀ ਗੰਗਾ ਕਰ, ਪੁੰਨ ਦਾਨ ਕਰਿਆ ਕਰੋ, ਪੁੰਨ ਦਾਨ ਨਹੀਂ ਕਰਦੇ ਆਪਾਂ ਤਾਂ ਹੀ ਦੁਖੀ ਹੈ ਘਰਾਂ ਵਿੱਚ, ਤਾਂ ਹੀ ਕਲੇਸ਼ ਹੈ ਸਾਡੇ ਘਰਾਂ ਵਿੱਚ, ਤਾਂ ਹੀ ਬਰਕਤ ਨਹੀਂ ਪਈ। ਮਹਾਰਾਜ ਕਹਿੰਦੇ ਪੁੰਨ ਦਾਨ ਜਿਸ ਗ੍ਰਿਸ਼ਤੀ ਦੇ ਘਰ ਵਿੱਚੋਂ ਹੁੰਦਾ ਰਹਿੰਦਾ ਨਾ, ਹੁੰਦਾ ਰਹਿੰਦਾ, ਜਿਵੇਂ ਗੰਗਾ ਦਾ ਪਾਣੀ ਸੀਤਲ ਹੈ ਉਹਦੇ ਘਰ ਵਿੱਚ ਠੰਡ ਪਈ ਰਹੀ ਹੈ, ਉਹਦੇ ਘਰ ਵਿੱਚ ਸ਼ਾਂਤੀ ਰਹਿੰਦੀ ਹੈ, ਉਹਦੇ ਘਰ ਵਿੱਚ ਸੁੱਖ ਰਹਿੰਦਾ। ਪੁੰਨ ਦਾਨ ਛੱਡਣਾ ਨਹੀਂ, ਕਰਨਾ ਜ਼ਰੂਰ ਹੈ, ਜਿੰਨੀ ਜਿੰਨੀ ਸਮਰੱਥਾ ਕਰੀ ਜਾਇਆ ਕਰ ਲਿਆ ਕਰੋ ਸੇਵਾ, ਕੋਈ ਫਰਕ ਨਹੀਂ ਪੈਂਦਾ। 100 ਰੁਪਈਆ ਨਹੀਂ ਜੁੜਦਾ ਨਾ ਜੁੜੇ, 10 ਵੀ ਦਾਨ ਪੁੰਨ ਕਰ ਲਿਆ ਕਰੋ, ਸੇਵਾ ਕਰ ਲਿਆ ਕਰੋ, ਕੋਈ ਨਹੀਂ ਫਰਕ। ਦਾਨ ਪੁੰਨ ਤਾਂ ਇੰਨੀ ਵੱਡੀ ਕਲਯੁਗ ਦੇ ਵਿੱਚ ਸਾਧ ਸੰਗਤੀ ਇਹ ਸਾਧ ਨਾ ਵੱਡੇ ਵੱਡੇ ਕਸ਼ਟ ਘੱਟ ਕਰਦੇ, ਬੜੇ ਬੜੇ ਦੁੱਖ ਘੱਟ ਕਰਦੇ, ਪਰ ਮਹਾਰਾਜ ਕਹਿੰਦੇ ਦਾਨ ਪੁੰਨ ਕਰਕੇ ਇੱਛਾ ਨਹੀਂ ਕਰਦਾ, ਇੱਛਾ ਕਰੋਗੇ ਤਾਂ ਲੁੱਟੇ ਜਾਓਗੇ, ਜੇ ਨਿਸ਼ਕਾਮਤਾ ਨਾਲ ਕਰੋਗੇ ਸਾਰਾ ਕੁਝ ਹੀ ਮਿਲ ਜਾਏਗਾ, ਕਮੀ ਨਹੀਂ ਕਰੇਗੀ। ਪੁੰਨ ਦਾਨ ਕਰੇ ਸਰੀਰ, ਮਹਾਰਾਜ ਕਹਿੰਦੇ ਇਹ ਸਰੀਰ ਮਿਲਿਆ ਪੁੰਨ ਦਾਨ ਕਰਨ ਵਾਸਤੇ ਮਿਲਿਆ, ਕਲਯੁਗ ਦੇ ਦਾਨ ਵੀ ਕਰਿਆ ਕਰੋ, ਕਿਰਤ ਕਮਾਈ ਵਿੱਚੋਂ ਪੁੰਨ ਵੀ ਕਰਿਆ ਕਰੋ। ਪੁੰਨ ਕਿਹਨੂੰ ਕਹਿੰਦੇ? ਅੱਜ ਪੁੰਨ ਦਾ ਦਿਨ ਹੈ, ਜਿੱਦਣ ਸੰਗਰਾਂਦ ਹੋਵੇ, 10 ਪਾਤਸ਼ਾਹੀਆਂ ਦੇ ਗੁਰਪੁਰਬ ਹੋਣ, ਸ਼ਹੀਦਾਂ ਦੇ ਦਿਹਾੜੇ ਹੋਣ, ਉਦਮ ਇਹ ਪੁੰਨ ਦੇ ਦਿਨ ਹੁੰਦੇ ਆ, ਇਹਨਾਂ ਨੂੰ ਪਵਿੱਤਰ ਦਿਨ ਕਿਹਾ ਗਿਆ। ਪੁਰਾਣੇ ਬਜ਼ੁਰਗ ਸਾਧ ਸੰਗਤ ਜੀ ਸੰਗਰਾਂਦ ਵਾਲੇ ਦਿਨ ਹਲ ਨਹੀਂ ਜੋੜਿਆ ਕਰਦੇ ਸਨ, ਕਹਿੰਦੇ ਵੀ ਅੱਜ ਸੰਗਰਾਂਦ ਹੈ ਹਲ ਨਹੀਂ ਜੋੜਦਾ, ਅੱਜ ਗੁਰੂ ਘਰ ਜਾਣਾ, ਜੋੜੇ ਝਾੜਨੇ ਹੈ, ਮੱਥਾ ਟੇਕਣਾ, ਕੀਰਤਨ ਸੁਣਨਾ, ਲੰਗਰ ਵਿੱਚ ਸੇਵਾ ਕਰਨੀ ਹੈ, ਇਹ ਦਿਨ ਅੱਜ ਵਿਹਲਾ ਰੱਖਣਾ। ਗੁਰੂ ਸਾਹਿਬ ਦਾ ਹੁਕਮ ਸੀ ਕਿ ਸੰਗਰਾਂਦ ਨੂੰ ਪੁੰਨਿਆ ਨੂੰ ਮੱਸਿਆ ਨੂੰ ਮੇਰੇ ਸਿੱਖ ਗੁਰੂ ਘਰ ਵਿੱਚ ਆਉਣ, ਵਿਸਾਖੀ ਤੇ ਆਉਣ, ਮੇਲਾ ਮੇਟ ਸੰਗਰਾਂਦ ਕੋ, ਮੇਟ ਨਾਮ ਵਿਸਾਖੀ ਦੇ ਦਿਹਾੜੇ ਦੀ ਸੰਗਰਾਂਦ ਬਣ। ਅੱਜ ਮੇਸ਼ ਰਾਸ਼ੀ ਵਿੱਚ ਸੂਰਜ ਦਾ ਸੰਚਾਰ ਹੋਇਆ ਸੰਗਤ ਦੀ, ਇਸ ਕਰਕੇ ਇਹਨੂੰ ਮੇਘ ਵੀ ਕਿਹਾ ਜਾਂਦਾ, ਵਿਸਾਖੀ ਨੂੰ ਪੁਰਾਣੇ ਧਾਰਮਿਕ ਗ੍ਰੰਥਾਂ ਦਾ। ਇਸ ਕਰਕੇ ਉਸ ਦਿਨ ਸਿੱਖ ਆਪਣੇ ਕਾਰੋਬਾਰਾਂ ਨੂੰ ਛੱਡ ਕੇ ਗੁਰੂ ਘਰ ਨੂੰ ਤਰਜੀਹ ਦਿੰਦੇ ਸਨ ਵੀ ਰੋਡ ਤਾਂ ਹੋਣਾ ਨਹੀਂ, ਇੱਕ ਦਿਨ ਕੱਢ ਲਓ। ਅੱਜ ਤੱਕ ਵੀ ਧਿਆਨ ਹੀ ਨਹੀਂ ਦਿੰਦਾ ਇਹਨਾਂ ਗੱਲਾਂ ਵੱਲ, ਜਿਉਂ ਜਿਉਂ ਆਪਣੀ ਪਰੰਪਰਾ ਛੱਡਦੇ ਜਾ ਰਹੇ ਉਵੇਂ ਉਵੇਂ ਦੁਖੀ ਹੁੰਦੇ ਜਾ ਰਹੇ, ਸੁੱਖ ਨਹੀਂ ਹੈ ਸਾਡਾ, ਹਾਲਾਤ ਸਾਡੇ ਵੀ ਚੰਗੀ ਪੈਦਾ ਹੋ ਰਹੀ, ਤੰਦਰੁਸਤੀ ਸਾਡੇ ਘਰਾਂ 'ਚ ਨਹੀਂ ਹੈ, ਬਿਮਾਰੀਆਂ ਸਾਡੇ ਘਰਾਂ 'ਚ ਨਹੀਂ ਖਹਿਣਾ ਛੱਡ ਗਈਆਂ, ਸ਼ਾਂਤੀ ਸਾਡੇ ਘਰਾਂ 'ਚ, ਪੁੰਨ ਦਾਨ ਕਰ ਲਿਆ ਪਿਆ, ਥੋੜ੍ਹਾ ਬਹੁਤਾ ਕਰ ਲਿਆ ਪਿਆ। ਸੰਗਰਾਂਦ ਵਾਲੇ ਦਿਨ ਗੁਰੂ ਘਰ 'ਚ, ਮੈਂ ਇੱਥੇ ਦੀ ਗੱਲ ਨਹੀਂ ਕਰਦਾ, ਇੱਥੇ ਤਾਂ ਅਸੀਸ ਹੀ ਦੇ ਕੇ ਜਾਇਓ, ਉਹਦੇ ਵਿੱਚ ਹੀ ਤੁਹਾਡੀ ਸਾਰੀ ਬਰਕਤ ਹੈ। ਮੈਂ ਆਮ ਸਧਾਰਨ ਬੇਨਤੀ ਕਰਦਾ, ਘਰ ਵਿੱਚ ਕਣਕ ਹੋਵੇ ਕਣਕ ਹੀ ਚੜ੍ਹਾ ਲਿਆ ਕਰੋ ਸੰਗਰਾਂਦ ਵਾਲੇ ਦਿਨ, ਮਹਾਰਾਜ ਦੇ ਅੱਗੇ ਲਿਆ ਕੇ ਤੁਹਾਡਾ ਆਟਾ ਪੀਸਿਆ ਜਾਏਗਾ, ਲੰਗਰ 'ਚ ਪਏ ਪਿਆ ਆਟਾ ਚੜ੍ਹਾ ਦਿਆ ਕਰੋ, ਕੁਝ ਸ਼ੱਕਰ ਚੜ੍ਹਾ ਦਿਆ ਕਰੋ, ਵਸਤਰ ਲਾਇਆ ਕਰੋ, ਕੋਈ ਫਲ ਲਾਇਆ ਕਰੋ, ਤੇਲ ਦੀ ਰਸਤ ਲਿਆਓ, ਇਹ ਸੇਵਾ ਕਰਿਆ ਕਰੋ, ਇਹ ਮਹਾਰਾਜ ਜੀ ਦੇ ਹੁਕਮ ਹੈ ਸਾਡੇ। ਇਸ ਕਰਕੇ ਭਾਈ ਜੇ ਐਨ ਗੰਗਾ ਦੇ ਪ੍ਰਵਾਹ ਵਰਗੀ ਘਰ ਵਿੱਚ ਸੀਤਲਤਾ ਚਾਹੁੰਦੇ ਹੈ ਨਾ, ਮਹਾਰਾਜ ਕਹਿੰਦੇ ਫਿਰ ਪੁੰਨ ਦਾਨ ਕਰਿਆ, ਪੁੰਨ ਦਾਨ ਕਰਨਾ ਚਾਹੀਦਾ।
ਜੱਗ ਦੀ ਬਹੁਤ ਵੱਡੀ ਮਹਾਨਤਾ ਹੈ। ਇਸ ਕਰਕੇ ਗੁਰੂ ਘਰ ਦੇ ਵਿੱਚ ਤਾਂ ਮਹਾਰਾਜ ਜੀ ਨੇ ਵੇਖਿਆ ਇਹ ਸਿੱਖਾਂ ਨੇ ਅੱਗੇ ਤੋਂ ਅੱਗੇ ਨਾਸਤਕ ਹੋ ਹੀ ਜਾਣਾ, ਇਹਨਾਂ ਨੇ ਕਿਸੇ ਗੱਲ ਤੇ ਭਰੋਸਾ ਕਰਨ ਤੋਂ ਹੀ ਆਕੀ ਹੋ ਜਾਣਾ। ਮਹਾਰਾਜ ਨੇ ਸਾਡੀ ਅਕਲ ਵੇਖ ਕੇ ਲੰਗਰ ਦੀ ਸੇਵਾ ਸ਼ੁਰੂ ਕਰਾਈ। ਗੁਰੂ ਨਾਨਕ ਸਾਹਿਬ ਨੇ ਵੀ ਚਲੋ ਇਸ ਬਹਾਨੇ ਇਹ ਮਨੋ ਨਹੀਂ ਮੰਨਣਗੇ ਤਾਂ ਘੱਟੋ ਘੱਟ ਗੁਰੂ ਘਰ ਦੀ ਮਰਿਆਦਾ ਸਮਝ ਕੇ ਲੰਗਰ ਦੀ ਸੇਵਾ ਤਾਂ ਕਰ ਲਿਆ ਕਰਨਗੇ, ਲੰਗਰ ਵਿੱਚ ਰਸਦ ਪਾਣੀ ਆਪਣੀ ਕਮਾਈ ਦਾ ਪਾ ਦਿਆ ਕਰਨਗੇ ਸਿੱਧਾ, ਤੇ ਇਹਨਾਂ ਦਾ ਭਲਾ ਕਰ ਦਿਆ ਕਰਾਂਗੇ। ਕਿਉਂ ਸਾਧ ਸੰਗਤ ਜੀ, ਭਲਾ ਗੁਰੂ ਸਾਹਿਬ ਕਿਸੇ ਨਾ ਕਿਸੇ ਰੂਪ ਵਿੱਚ ਸਾਡਾ ਕਰਦਾ, ਕਿਉਂ ਪੁੰਨ ਦਾਨ ਕਰ ਲਿਆ ਪਿਆ, ਕਰਿਆ ਕਰੋ ਨਿਸ਼ਕਾਮ, ਇੱਛਾ ਨਾ ਰੱਖੋ ਜੀ ਇਹ ਮੈਂ ਦਾਨ ਕਰਨਾ ਮੈਨੂੰ ਆਹ ਮਿਲੇ ਉਹ ਮਿਲੇ, ਇਸ ਤੋਂ ਬਚੋ। ਹਾਂ ਪੁੰਨ ਦਾਨ ਕਰੋ, ਕੋਈ ਐਸੀ ਵੈਸੇ ਤਾਂ ਜਿਹੜਾ ਪੁੰਨੀ ਸਰੀਰ ਹੈ ਦਾਨੀ ਸਰੀਰ ਹੈ ਮਹਾਰਾਜ ਉਹਦੀ ਆਪ ਹੀ ਸਹਾਇਤਾ ਕਰਦੇ ਆ, ਬਾਂਹ ਫੜਦੇ ਆ, ਉਹਨੂੰ ਲੋੜ ਹੀ ਨਹੀਂ ਪੈਂਦੀ। ਇਹ ਪੱਕਾ ਨਿਸ਼ਚਾ ਮੇਰਾ, ਜਿਹੜਾ ਪੁੰਨ ਦਾਨ ਕਰਦਾ ਰਹੇ ਉਹਨੂੰ ਕਿਤੇ ਦੁੱਖਾਂ ਦੀ ਫਰਿਆਦ ਨਹੀਂ ਕਰਨੀ ਪੈਂਦੀ। ਜ਼ਿਆਦਾ ਦੁੱਖ ਤਕਲੀਫ ਆ ਜਾਏ ਫਤਿਹਗੜ੍ਹ ਸਾਹਿਬ ਚਲੇ ਜਾ, ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਸੇਵਾ ਦਾਨ ਨਾਮ ਕਰ ਲਿਆ ਪਿਆ, ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ 'ਤੇ ਚਲੇ ਜਾ। ਕਿਉਂਕਿ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦਸਮ ਪਾਤਸ਼ਾਹ ਜੀ ਦਾ ਪਹਿਰਾ ਹੋਇਆ ਮਹਾਂਪੁਰਖ 'ਤੇ, ਉਦੋਂ ਜਿਹੜੇ ਦੇਵੀ ਦੇਵਤੇ ਸਨ ਉਹਨਾਂ ਨੇ ਸ਼ਹੀਦਾਂ ਨੂੰ ਅਧਿਕਾਰ ਦੇ ਦਿੱਤਾ ਕਿ ਜਿਹੜਾ ਸ਼ਹੀਦਾਂ ਦੀ ਸੇਵਾ ਕਰੇਗਾ ਉਹਨੂੰ ਸ਼ਹੀਦ ਸਾਰੇ ਸੁੱਖ ਦੇਣਗੇ। ਆ ਦੁਆਬੇ ਦੀ ਧਰਤੀ ਵਿੱਚ ਸ਼ਹੀਦਾਂ ਦੀ ਬਹੁਤ ਮਾਨਤਾ ਹੈ, ਤਾਂ ਸ਼ੁੱਧ ਮਨ ਕਰਕੇ ਹੀ ਹੈ, ਪਰ ਕਈਆਂ ਨੂੰ ਪਤਾ ਨਹੀਂ। ਅਤੇ ਦੁਆਬੀਓ ਜੇ ਤੁਸੀਂ ਸ਼ਹੀਦਾਂ ਨੂੰ ਮੰਨਦੇ ਹੋ ਤਾਂ ਤੁਸੀਂ ਦੂਜਿਆਂ ਨਾਲੋਂ ਸੁਖੀ ਵੀ ਹੋ। ਵਿਦੇਸ਼ਾਂ ਵਿੱਚ ਕਹਿੰਦੇ ਸਾਡੇ ਮੁੰਡੇ ਚਲੇ ਜਾਣ, ਕੁੜੀਆਂ ਚਲੀਆਂ ਜਾਣ, ਖਾਲੀ ਹੋ ਹੀ ਜਾਂਦਾ ਦੁਆਬਾ, ਥੋੜ੍ਹੇ ਬਹੁਤੇ ਇੱਥੇ ਵੀ ਰੱਖ ਲਓ। ਜਿਹੜੇ ਮਗਰੋਂ ਹਲ ਹੁਣ ਵਾਹ ਲਿਆ ਕਰਨ, ਘਰ ਦੀ ਖੇਤੀ ਬੁੱਤੀ ਕਿਰਤ ਕਮਾਈ ਦੇ ਸਾਧ ਸਾਂਭ ਲਿਆ ਕਰਨ, ਸਾਰੇ ਸੇਖੀ ਨਾ ਬਾਹਰ ਤੁਰੀ ਜਾਓ, ਇੱਥੇ ਨੂੰ ਵੀ ਸੰਭਾਲੋ ਜੇ ਸੰਭਾਲਿਆ ਕਰਨ। ਪਰ ਮੈਂ ਤਾਂ ਕਹਿ ਰਿਹਾ ਵੀ ਜੇ ਤੁਸੀਂ ਸ਼ਹੀਦਾਂ ਦੀ ਸੇਵਾ ਕਰਦੇ ਹੋ ਤਾਂ ਤੁਹਾਨੂੰ ਰੱਬ ਸਭ ਕੁਝ ਲਈ ਵੀ ਜਾਂਦਾ। ਇਸ ਕਰਕੇ ਪੁੰਨ ਦਾਨ ਕਰ ਲਿਆ ਕਰੋ, ਨਿਸ਼ਕਾਮਤਾ ਨਾਲ ਕਰ ਲਿਆ, ਕਾਮਨਾ ਨਾਲ ਰੱਖਿਆ ਕਰੋ। ਕੋਈ ਐਵੀਂ ਥੋੜ੍ਹੀ ਜਿਹੀ ਚੀਜ਼ ਦਿੱਤੀ ਅਤੇ ਉਹਦੇ ਬਦਲੇ ਐਵੇਂ ਮਨ ਵਿੱਚ ਵੱਡੀਆਂ ਵੱਡੀਆਂ ਕਾਮਨਾਵਾਂ ਰੱਖ ਲਈਆਂ, ਉਹਦਾ ਕੀ ਫਾਇਦਾ? ਇਹ ਕਰਦੇ ਰਹੋ, ਲੋੜ ਹੀ ਨਹੀਂ ਪਾਉਂਦੇ, ਮਹਾਰਾਜ ਅੱਗੇ ਬੇਨਤੀਆਂ ਕਰਦੇ ਰਹੋ। ਜੇ ਕਾਮਨਾ ਨਾਲ ਕਰੋਗੇ ਨਾ ਫਿਰ ਤਾਂ ਮਹਾਰਾਜ ਕਹਿੰਦੇ ਵੀ ਨਾਮ ਤੋਂ ਬਿਨਾਂ ਤਾਂ ਮੇਰੇ ਰਸਤੇ 'ਚ ਹੀ ਸਾਰੇ ਖੋਹ ਲੈਣੇ ਆ, ਅਤੇ ਫਿਰ ਕੋਈ ਫਲ ਨਹੀਂ ਮਿਲਣਾ ਹੈ। ਪ੍ਰੇਰਕ ਪਰਮਾਤਮਾ ਨੂੰ ਜਿਹਨਾਂ ਨੇ ਭੁਲਾ ਦਿੱਤਾ ਉਹ ਖਰਾਬ ਇੱਥੇ ਵੀ ਅੱਗੇ ਵੀ ਹਨ, ਦੁਖੀ ਹੁੰਦੇ ਆਭੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਜੀਵ ਦੀ ਰੱਖਿਆ ਕਰਨ ਵਾਲਾ, ਦੁੱਖਾਂ ਤੋਂ ਬਚਾਉਣ ਵਾਲਾ ਅਤੇ ਸਹਾਇਤਾ ਕਰਨ ਵਾਲਾ ਚਰਨੀ ਜੋ ਲੱਗੇ, ਪਿਆਰੇ ਪਰਮਾਤਮਾ ਦੇ ਚਰਨਾਂ ਨਾਲ ਜਿਹੜੇ ਲੱਗ ਗਏ ਬਸ। ਆਦਿ ਕਰੋ ਗੁਰਦੇਵ ਕੋ ਬੰਧਨ, ਵਾਹਿਗੁਰੂ ਮੁਖ ਮਾਹਿ ਉਚਾਰ, ਦੋਏ ਕਰ ਜੋੜ ਘਰੋਂ ਚਰਨਾ ਪਾ, ਜਾਉ ਸਦਾ ਗੁਰ ਕੋ ਬਲ, ਆਨ ਸੁਣੈ ਉਪਮਾ ਗੁਰ ਕੀ ਕੋਈ ਦੂਰ ਧਿਆਨ ਰਹਿੰਦੇ ਮੈਂ। ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰ ਲਾ,
ਕਿਉਂ ਚਰਨਾਂ ਨਾਲ ਲੱਗਣਾ? ਧਿਆਨ ਭਾਰ ਕੇ ਸਤਿਗੁਰੂ ਨੂੰ ਅੰਗ ਸਮਝਾਣ ਕੇ ਨਿਤਨੇ ਬਾਣੀ ਸਿਮਰਨ ਥੋੜਾ ਬਹੁਤਾ ਮੱਥਾ ਹੀ ਟੇਕ ਲਿਆ ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਭਾਰ ਤੇ ਕਿਉਂ ਬਈ ਜਿਹੜੇ ਪਰਮੇਸ਼ਰ ਵਾਹਿਗੁਰੂ ਪਿਆਰੇ ਦੇ ਚਰਨਾਂ ਨਾਲ ਇਸ ਤਰ੍ਹਾਂ ਪ੍ਰਤੱਖ ਵੀ ਲੰਘ ਗਏ ਔਰ ਨਾਮ ਰੂਪ ਚਰਨਾਂ ਨਾਲ ਵੀ ਜੁੜ ਗਏ ਹਨ। ਦਿਨ ਕੀ ਨਿਰਮਲ ਸੋਏ, ਉਹਨਾਂ ਦੀ ਸੋਭਾ ਨਿਰਮਲ ਤੋਂ ਨਿਰਮਲ ਉੱਜਲ ਤੋਂ ਉੱਜਲ ਸੰਸਾਰ ਵਿੱਚ ਹੁੰਦੀ ਹੈ, ਇਸ ਲੋਕ ਵਿੱਚ ਵੀ ਪ੍ਰਲੋਕ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਹੈ। ਨਾਨਕ ਕੀ ਪ੍ਰਭੇਦਤੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਪ੍ਰਭੂ ਅੱਗੇ ਇਸ ਤਰ੍ਹਾਂ ਬੇਨਤੀਆਂ ਕਰੋ। ਹੰਸਾਲੀ ਵਾਲੇ ਮਹਾਂਪੁਰਖ ਬੜੇ ਪ੍ਰੇਮ ਨਾਲ ਕਹਿੰਦੇ ਭਾਈ ਗੁਰੂ ਸਾਹਿਬ ਅੱਗੇ ਬੇਨਤੀਆਂ ਕਰੋ, ਵਾਰ ਵਾਰ ਬੇਨਤੀਆਂ ਕਰੋ, ਪਿਆਰ ਨਾਲ ਕਿਹਾ ਕਰਦੇ ਬੜੇ ਪ੍ਰੇਮ। ਨਾ ਭਾਈ ਗੁਰੂ ਸਾਹਿਬ ਅੱਗੇ ਜਾ, ਨਾ ਭਾਈ ਗੁਰੂ ਸਾਹਿਬ ਅੱਗੇ ਬੇਨਤੀਆਂ ਕਰੋ, ਮਹਾਰਾਜ ਸਾਹਿਬ ਅੱਗੇ ਬੇਨਤੀਆਂ ਕਰੋ, ਵਾਰ ਵਾਰ ਬੇਨਤੀਆਂ ਕਰੋ। ਕਿੱਡੇ ਸੱਤ ਪੁਰਸ਼ ਸਨ, ਪਰ ਗੁਰੂ ਸਾਹਿਬ ਦਾ ਸਨਮਾਨ ਅਦਬ ਕਿੰਨਾ ਜੀਵਨ ਵਿੱਚ ਰੱਖਿਆ। ਨਾ ਭਾਈ ਮੇਰੇ ਕੋਲ ਨੀ, ਗੁਰੂ ਸਾਹਿਬ ਨੂੰ ਜਾ ਕੇ ਬੇਨਤੀ ਵਾਰ ਵਾਰ ਬੇਨਤੀਆਂ ਕਰੋ, ਅਰਦਾਸਾਂ ਕਰੋ। ਮਹਾਰਾਜ ਅੱਗੇ ਕੀ ਕਰਨੀਆਂ ਹਨ ਸੁਣੋ। ਪ੍ਰਭ ਮਿਲੋ ਪ੍ਰਾਪਤ ਹੋਏ, ਬਾਕੀ ਤਾਂ ਤੂੰ ਸਭ ਕੁਛ ਦੇਤਾ ਪਰ ਹੁਣ ਤੂੰ ਅਜੇ ਤੱਕ ਮਿਲਿਆ ਨਹੀਂ, ਤੇਰੇ ਦਰਸ਼ਨ ਨਹੀਂ ਹੋਏ। ਹੈ ਤਾਂ ਤੂੰ ਸਾਰਿਆਂ ਵਿੱਚ ਹੀ ਹੈ, ਸਾਰਿਆਂ ਦੇ ਹਿਰਦਿਆਂ ਵਿੱਚ ਹੀ ਬੈਠਾ ਤੂੰ। ਹਿਰਦੇ ਗੁਰਤ ਵਸੈ ਦਿਨ ਰਾਤੀ, ਹਰ ਕਦੇ ਹਿਰਦੇ ਚ ਪਰਮਾਤਮਾ, ਪਰ ਉਹ ਪੜਦਾ ਨਾ ਮੈਨੂੰ, ਲਿਖਦਾ ਨਾ ਤੁਹਾਨੂੰ, ਦੀਦਾ ਤੂੰ ਪੜਦਾ ਪਿਆ ਹੋਇਆ। ਇਹਨੂੰ ਅਗਿਆਨ ਦਾ ਪੜਦਾ ਕਹਿੰਦੇ। ਮਹਾਰਾਜ ਉਹ ਪੜਦਾ ਲਾ ਦਿਓ, ਜਿਵੇਂ ਧੰਨੇ ਦਾ ਲਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਲ ਭਾਗਾ, ਜਿਵੇਂ ਉਹਨੂੰ ਪ੍ਰਤੱਖ ਮਿਲੇ ਸੀ, ਨਾਮ ਦੇਵ ਨੂੰ ਪ੍ਰਤੱਖ ਮਿਲੇ ਸੀ, ਕਬੀਰ ਜੀ ਨੂੰ ਮਿਲੇ, ਗੁਰਸਿੱਖਾਂ ਨੂੰ ਮਿਲੇ, ਭਾਈ ਪੱਲੇ ਨੂੰ ਮਿਲੇ, ਕਿਹੋ ਜਿਹਾ ਪ੍ਰੇਮ। ਪੱਲੇ ਵਿੱਚ ਗੁੜਦੀ ਰੋਲੀ ਬੰਨ ਕੇ ਰੱਖਦਾ, ਇੱਕ ਚਾਂਦੀ ਦਾ ਰੁਪਇਆ ਮਾਂ ਨੇ ਦਿੱਤਾ ਉਹ ਬੰਨ ਕੇ ਰੱਖਦਾ, ਹਲ ਵਾਹੁੰਦਿਆਂ ਵੀ, ਮੱਝਾਂ ਨੂੰ ਪਸ਼ੂਆਂ ਨੂੰ ਅੱਕ ਪਾਉਂਦਿਆਂ ਵੀ, ਕੂੜਾ ਕਰਕਟ ਹਟਾਉਂਦਿਆਂ ਵੀ, ਲੋਕ ਅਮਲ ਕਰਦੇ। ਮਹਾਂਪੁਰਸ਼ਾਂ ਨੇ, ਰਾਣਾ ਸਾਹਿਬ ਵਾਲਿਆਂ ਨੇ, ਸੰਤ ਬਾਬਾ ਈਸ਼ਰ ਸਿੰਘ ਜੀ ਨੇ ਲਿਖਿਆ, ਲੋਕ ਮੇ ਗਿਆ ਮਾਮ ਦੇ ਪਖੰਡੀਆਂ ਦਾ ਗਰ ਦੇ ਸਰੋਤੇ ਕੋਈ ਫਕਰਾਂ ਦੇ ਰਹੇ। ਪਿਆਰੇ ਵਾਹਿਗੁਰੂਆਂ ਦੇ ਪਿਆਰਿਆਂ ਨਾਲ ਪ੍ਰੇਮ ਕਰਨ ਵਾਲੇ ਕੋਈ ਵਿਰਲੇ ਹੁੰਦੇ, ਲੋਕ ਪਖੰਡੀਆਂ ਦਾ ਫੁੱਲ ਜ਼ਿਆਦੇ ਹੁੰਦੇ, ਪਖੰਡ ਦੇ ਮਗਰ ਦੁਨੀਆਂ ਬੜੀ ਲੱਗਦੀ ਹੈ, ਝੁੱਕ ਝੁੱਕ ਜਾਂਦੇ ਆ ਲੋਕ, ਡੰਡੌਤਾਂ ਕਰਦੇ ਜਾਂਦੇ ਆ, ਪਤਾ ਨਹੀਂ ਕੀ ਮਿਲ ਜਾਏਗਾ। ਉਹਨਾਂ ਨੇ ਵੀ ਬੜੇ ਪ੍ਰਪੰਚ ਅੱਗੇ ਬਣਾਏ ਹੋਏ, ਲੋਕ ਮਖੌਲ ਕਰਦੇ ਆ ਪੱਲੇ। ਅੱਛਾ, ਤੇਰੇ ਪੱਲੇ ਕੁੜਤੀ ਰੋੜੀ ਬੰਨੀ ਹੈ, ਇੱਕ ਰੁਪਈਆ ਕਿਹਨੂੰ ਦੇਣਾ? ਛੇਵੇਂ ਪਾਤਸ਼ਾਹ ਨੂੰ ਦੇਣਾ ਤੂੰ? ਤੇਰੇ ਗੁੜਦੀ ਰੋੜੀ ਦੇ ਭੁੱਖੇ ਆ ਦੋ ਜਹਾਨਾਂ ਦੇ ਵਾਲੀ ਛੇਵੇਂ ਪਾਤਸ਼ਾਹ, ਤੇਰੇ ਰੁਪਈਏ ਦੇ ਭੁੱਖੇ ਆ, ਫਿਰ ਰਾਜੇ ਆ ਕੇ ਚੜਾਉਂਦੇ ਆ ਧਨ, ਮਜ਼ਾਕ ਕਰਦੇ, ਪਰ ਸ਼ਰਧਾ ਨਹੀਂ ਟੁੱਟਦੀ, ਵਿਸ਼ਵਾਸ ਨਹੀਂ ਟੁੱਟਦਾ, ਭਰੋਸਾ ਨਹੀਂ ਕਹਿੰਦਾ ਆਉਣਗੇ ਲੈਣ ਲੈਣ। ਹਲ ਵਾਹਦਾ ਛੇਵੇਂ ਪਾਤਸ਼ਾਹ ਬਾਬਾ ਬਕਾਲਾ ਸਾਹਿਬ, ਮੇਰੇ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੇ ਆਏ ਆ, ਨੰਗੇ ਚਰਨੀ ਮਹਾਰਾਜ ਚੱਲ ਪਏ।
ਤੇਜੀ ਨਾਲ ਸਿੱਖ ਮਗਮ ਭਾਈ ਪਹਿਲਾਂ ਜੁੜਿਆ ਬੈਠਾ ਹੜ ਵਾਹ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਕਰੀ ਕਰਨਾ। ਉਹਦੀਆਂ ਅੱਖਾਂ ਬੰਦ ਹੈ ਤਾਂ ਮਹਾਰਾਜ ਸਾਹਮਣੇ ਖੜੇ ਹੈ। ਹੁਣ ਸੱਚੇ ਪਾਤਸ਼ਾਹ ਵੇਖਦੇ ਹੈ, ਖੇਤ ਵਿੱਚ ਖੜੇ ਹੈ, ਧੁੱਪ ਸਤਸੰਗ ਤੇ ਵੀ ਪੈ ਰਹੀ ਹੈ, ਧੁੱਪੇ ਉਹ ਵੀ ਪੈਂਦਾ। ਅੱਜ ਕੱਲ੍ਹ ਤੇ ਗਰਮੀ ਦੀ ਧੁੱਪ ਹੈ, ਮਹਾਰਾਜ ਸੁਣਦੇ ਹੈ, ਜੇ ਅਸੀਂ ਇਹਦਾ ਧਿਆਨ ਆਪਣੇ ਵੱਲ ਜੋੜ ਲਿਆ ਤੇ ਪ੍ਰੇਮ ਰਸ ਵਿੱਚ ਫਰਕ ਪੈਂਦਾ, ਇਹਦੀ ਬਿਰਤੀ ਇਹਦੀ ਸੁਰਤ ਰੁਕ ਜਾਂਦੀ। ਨਿਤਨੇਮ ਕਰਨ ਵਾਲੇ ਨੂੰ, ਬਾਣੀ ਪੜ੍ਹਨ ਵਾਲੇ ਨੂੰ ਕਦੇ ਬੁਲਾਉਣਾ ਨਹੀਂ ਚਾਹੀਦਾ, ਖਿਆਲ ਰੱਖਣਾ ਚਾਹੀਦਾ। ਨਿਤਨੇਮ ਕਰਦੇ ਆ ਨਿਯਮ ਰੱਖੋ, ਕਦੇ ਨਾ ਵਿੱਚੋਂ ਬੋਲੋ, ਪੂਰਾ ਕਰਕੇ ਬੋਲੋ, ਅਰਦਾਸ ਕਰ ਸਕਦਾ। ਸੱਚੇ ਪਾਤਸ਼ਾਹ ਕਿੰਨਾ ਚਿਰ ਖੜੇ ਰਹੇ, ਫਿਰ ਅੰਦਰ ਹਿਰਦੇ ਵਿੱਚ ਸਫੁਰਨ ਹੋਏ ਮਹਾਰਾਜ, ਅੰਦਰੋਂ ਪ੍ਰਕਾਸ਼ ਕੀਤਾ ਮਹਾਰਾਜ ਛੇਵੇਂ ਪਾਤਸ਼ਾਹ, ਅੰਦਰੋਂ ਦਰਸ਼ਨ ਹੋਏ, ਨੇਤਰ ਖੁੱਲੇ ਸਾਹਮਣੇ ਛੇਵੇਂ ਪਾਤਸ਼ਾਹ, ਚਰਨਾਂ ਚ ਪੈ ਗਿਆ, ਨਾ ਗੁਰ ਦੀ ਰੋੜੀ ਚੇਤੇ ਨਾ ਰੁਪਇਆ। ਮਹਾਰਾਜ ਕਹਿੰਦੇ ਭਾਈ ਭੱਲਿਆ, ਉਹ ਤੇਰੀ ਗੁੜ ਦੀ ਰੋਣੀ ਕਿੱਥੇ, ਸੱਚੇ ਪਾਤਸ਼ਾਹ ਭੁੱਲ ਗਿਆ, ਭੁੱਲ ਗਿਆ, ਖੋਲਿਆ ਖੋਲ ਕੇ ਅੱਗੇ ਗਿਆ, ਕਿੰਨੇ ਚੰਗਾ ਬੰਨਿਆ ਸੰਗਤ ਜੀ, ਗੁੜ ਲੈ ਕੇ ਮਹਾਰਾਜ ਛਕਣ ਲੱਗ ਪਿਆ, ਸਾਰਾ ਗੁੜ ਛਕ ਛਕ, ਕਹਿੰਦੇ ਰੁਪਈਆ ਵੀ ਦੇ, ਮੰਗ ਕੇ ਲਿਆ ਆਪਣੇ ਹੱਥਾਂ ਤੇ, ਮੰਗ ਕਹਿੰਦੇ ਆ ਦੇ, ਤਿੰਨਾਂ ਲੋਕਾਂ ਦੀ ਦੌਲਤ ਨਹੀਂ ਤੇਰੇ ਰੁਪਈਏ ਦੇ ਤੋ, ਤੇਰੀ ਨੇਕ ਕਮਾਈ ਦਾ, ਤੇਰੇ ਰੁਪਈਏ ਵਿੱਚ ਸ਼ਰਧਾ ਦਾ, ਭਾਵਨਾ ਦਾ, ਪ੍ਰੇਮ ਦਾ ਰਸ ਹੈ, ਇਹ ਰਸ ਕਿਸੇ ਹੋਰ ਦੇ, ਉਹਦਾ ਰੁਪਈਆ ਆਪ ਮੰਗ ਕੇ ਜਾਂਦੀ। ਮਹਾਰਾਜ ਘਰੇ ਚੰਦਵਾ ਦੋ, ਕਿਰਪਾ ਕਰੋ, ਘਰੇ ਲੈ ਗਿਆ, ਗਰੀਬੀ ਬੜੀ, ਸੰਗਤ ਬੜੀ ਹੈ ਮਹਾਰਾਜ ਦੇ ਨਾਲ, ਨਾ ਘਿਓ ਹੈ, ਨਾ ਕੋਈ ਬਹੁਤੀ ਦਾਲ ਹੈ, ਮਾਈ ਅੱਗ ਦਾਲ ਨਿੰਨੀ ਮਾਂ ਨੇ ਲੂਣ ਪਾ ਕੇ ਸ਼ੇਰ ਕਾਟਾ ਗੁੰਨਿਆ, ਪੱਲਾ ਦੇਖਦਾ ਵੀ ਇਹਦੀ ਸੰਗਤ ਨੂੰ ਕਿੱਥੋਂ ਛਕਾਵਾਂ। ਮਹਾਰਾਜ ਕਹਿਣ ਲੱਗੇ ਪੱਲਿਆ ਫਿਕਰ ਨਾ ਕਰ, ਆਪ ਹੱਥ ਵਿੱਚ ਕੁੱਜਾ ਦਾਲ ਦਾ ਲਿਆ, ਨਾਲੇ ਪ੍ਰਸ਼ਾਦਿਆਂ ਵਾਲੀ ਟੋਕਰੀ, ਸਾਰੀ ਸੰਗਤ ਨੂੰ ਵੀ ਰੱਜ ਰੱਜ ਕੇ ਛਕਾ ਤਾ, ਸਾਰੇ ਬਤਾਲੇ ਦੇ ਤੁਰਨਗੇ, ਬਤਾਲੇ ਦੇ ਲੋਕ ਸਖੀ ਸਰਬਤ ਦੇ ਉਪਾਸ਼ਕ ਸੀ, ਸੁਲਤਾਨੀਏ ਸਨ, ਸੰਗਤ ਦੀ ਗੁਰੂ ਘਰ ਨੂੰ ਹੀ ਮੰਨਣ ਵਾਲੇ ਸੀ, ਤੇ ਹੁਣ ਭਾਈ ਪਹਿਲਾਂ ਹੀ ਸੀ ਉਸ ਪਿੰਡ ਵਿੱਚ, ਮਹਾਰਾਜ ਦਾ ਸੀ, ਸਾਰਿਆਂ ਨੂੰ ਸ਼ਿਕਾਇਤਾਂ, ਨਾ ਦਾਲ ਮੁੱਕੀ, ਨਾ ਪ੍ਰਸ਼ਾਦਾ ਮੁੱਕਿਆ, ਭਾਈ ਪਹਿਲੇ ਦੀ ਕਰਨੀ ਨਾਲ ਸਾਰੇ ਸੁਲਤਾਨੀਏ ਗੁਰੂ ਘਰ ਦੇ ਸਿੱਖ ਬਣ ਗਏ। ਉਸ ਘਰ ਵਿੱਚ ਮੇਰੇ ਸਤਿਗੁਰੂ ਨੇ ਐਸੀ ਕਿਰਪਾ, ਐਸੀ ਦਿਆਲ ਐਂ ਪ੍ਰਾਪਤ ਹੋ ਮਹਾਰਾਜ, ਜਿਵੇਂ ਭਾਈ ਪੱਲੇ ਨੂੰ ਮਿਲੇ, ਜਿਵੇਂ ਗੁਰਸਿੱਖਾਂ ਨੂੰ ਮਿਲੇ, ਐਂ ਜੱਪੀ ਵਿੱਚ ਲੈ ਕੇ ਮਿਲੇ, ਘੁੱਟ ਕੇ ਸੀਨੇ ਨਾਲ ਲਾਇਆ, ਤੂੰ ਵੀ ਅਰਦਾਸਾਂ ਕਰਨੀਆਂ ਆਪਣੇ ਸਤਿਗੁਰੂ ਦੇ ਅੱਗੇ। ਉਹਨਾਂ ਨੂੰ ਵਿਸਾਖ ਦਾ ਮਹੀਨਾ ਸੋਭ ਨੀਕ ਤਾਂਹੀਓ ਲੱਗਦਾ ਹੈ, ਜਿਹਨਾਂ ਨੂੰ ਭਾਈ ਸਤਿਗੁਰਾਂ ਦੇ ਪਿਆਰੇ ਸੰਤਾਂ ਦੀ ਸੰਗਤ ਮਿਲ, ਸੰਤਾਂ ਦੀ ਨਿੰਦਿਆ ਨਾ ਕਰੋ, ਸਾਧੂਆਂ ਦੀ ਨਿੰਦਿਆ, ਭਗਤਾਂ ਦੀ ਨਿੰਦਿਆ, ਗੁਰਮੁਖਾਂ ਦੀ ਨਿੰਦਿਆ, ਗੁਰੂ ਘਰ ਵਿੱਚ ਪਖੰਡ ਦੇ ਨਾਲ ਨਹੀਂ ਗੁਰੂ ਘਰ ਦੀ ਬਣਦੀ, ਬਾਕੀ ਭਾਈ ਨਿੰਦਿਆ ਨਹੀਂ ਕਰ, ਕਿਸੇ ਦੀ ਵੀ ਨਾ ਕਰਿਆ ਕਰੋ, ਨਿੰਦਾ ਭਲੀ ਕਿਸੇ ਦੀ ਨਾ ਹੀ, ਮਨ ਮੁਕਤ ਕਰਾਉਣ
ਉਹ ਪਾਲੇ ਤੇਰਾ ਲੰਕਾ ਨਾ ਤੇ ਕੋਲ ਕੋਵਾਂ ਮਿਲਦੇ ਆ ਤਾਂ ਕਰੋ ਹੀ ਨਾ ਹਾਂ ਮਿਲ ਜੂਗਾ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਪੂਰਨ ਸੰਤ ਉਹਨਾਂ ਨੂੰ ਮਿਲੋ ਜਾ ਉਹ ਹਰੀ ਪਰਮੇਸ਼ਰ ਦੇ ਨਾਲ ਮਿਲਾਉਣ ਦਾ ਰਸਤਾ ਦੱਸ ਇਹ ਮਹਾਰਾਜ ਜੀ ਨੇ ਅਧਿਕਾਰ ਦਿੱਤਾ ਗੁਰਮੁਖਾਂ ਨੂੰ ਅਧਿਕਾਰ ਦਿੱਤਾ ਗੁਰਸਿੱਖਾਂ ਨੂੰ ਕਮਾਈ ਵਾਲਿਆਂ ਨੂੰ ਇਹ ਅਧਿਕਾਰ ਹਨ ਜਿਹੜਾ ਬਾਬਾ ਬੁੱਢਾ ਜੀ ਨੂੰ ਅਧਿਕਾਰ ਹੈ ਭਾਈ ਗੁਰਦਾਸ ਜੀ ਨੂੰ ਹੈ ਭਾਈ ਸਾਧੋ ਜੀ ਨੂੰ ਹੈ ਪੰਜਾਂ ਪਿਆਰਿਆਂ ਨੂੰ ਅਧਿਕਾਰ ਦੇ ਕੇ ਇਹ ਅਧਿਕਾਰ ਹਨ ਸਾਰਾ ਪਿੰਡ ਇੱਕ ਸਰਪੰਚ ਜੋੜ ਲੈਂਦਾ ਉਹਦਾ ਅਧਿਕਾਰ ਹੁੰਦਾ ਵੀ ਪਿੰਡ ਦੇ ਫੈਸਲੇ ਕਰੇ ਇਹ ਅਧਿਕਾਰ ਦਿੱਤੇ ਆਪਣੇ ਪਿਆਰਿਆਂ ਨੂੰ ਮੇਰੇ ਸਤਿਗੁਰੂ ਨੇ ਨਵਾਜੇ ਉਹ ਜਿਵੇਂ ਮਿਲੇ ਆ ਉਹਨਾਂ ਦੀ ਸੰਗਤ ਕਰ ਲਓ ਉਹ ਵਾਹਿਗੁਰੂ ਪਰਮੇਸ਼ਰ ਨੂੰ ਬੁਲਾ ਦੇਣਗੇ ਕਿਉਂਕਿ ਹਰ ਦਰਗਹਿ ਕਾ ਵਸੀਤ ਪਰਮੇਸ਼ਰ ਜੀ ਦੇ ਰਾਹ ਦੇ ਵਿੱਚ ਆਉਂਦੇ ਆ ਵਾਹਿਗੁਰੂ ਦੇ ਪਿਆਰਿਆਂ ਇਸ ਕਰਕੇ ਵਿਸਾਖ ਦਾ ਮਹੀਨਾ ਉਹਨਾਂ ਲਈ ਸੋਗ ਠੀਕ ਹੈ ਜਿਹੜੇ ਸੰਤਾਂ ਦੀ ਜਿਹੜੀ ਸੰਗਤ ਬੈਠੀ ਹੈ ਸਾਰੀ ਸੰਤ ਰੂਪ ਇਹ ਸੰਗਤ ਵਿੱਚ ਆਉਂਦੇ ਮਿਲੋਗੇ ਤਾਂ ਸੋਈ ਹਰੀ ਪਰਮੇਸ਼ਰ ਦੇ ਨਾਲ ਭੇਟ ਹੋ ਜਾਏਗੀ ਦੇਖੋ ਕਿੰਨੇ ਸੌਖੇ ਸ਼ਬਦ ਹੈ ਪਰ ਸਾਨੂੰ ਬੁੱਧੀਆਂ ਮਲੀਨ ਹੋ ਕੇ ਸਮਝ ਨਹੀਂ ਆ ਗਿਆ ਆਪਾਂ ਕਹਿੰਦੇ ਨੇ ਮੇਰੀ ਫਲਾਣੇ ਨਾਲ ਭੇਟ ਹੋ ਗਈ ਪਾਪ ਲਾਭ ਹੋ ਗਏ ਸੌਖਾ ਜਿਹਾ ਸ਼ਬਦ ਹੈ ਆਪਾਂ ਜਦੋਂ ਜਾਂਦੇ ਹਾਂ ਫਲਾਣੇ ਪਿੰਡ ਗਏ ਜੀ ਫਲਾਣੇ ਨਾਲ ਮੇਰੀ ਭੇਟ ਨਹੀਂ ਹੋਈ ਮਿਲਾਪ ਨਹੀਂ ਹੋਈ ਫਲਾਣੇ ਨਾਲ ਮੇਰੀ ਭੇਟ ਹੋ ਮਿਲਾਪ ਹੋ ਗਿਆ ਤੋ ਮਹਾਰਾਜ ਇੱਥੇ ਵੀ ਕਹਿੰਦੇ ਹੈ ਸੰਤ ਸੁਹਾਵ ਤਾਂ ਲੱਗਾ ਜਾਂ ਸੰਤ ਭੇਟ ਹੈ ਪੂਰੇ ਸੰਤ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜਿਹਨਾਂ ਨੂੰ ਮਿਲ ਗਏ ਉਹਨਾਂ ਨੂੰ ਸੋਈ ਹਰੀ ਪ੍ਰਭੂ ਵਾਹਿਗੁਰੂ ਵੀ ਮਿਲ ਪੈਂਦਾ ਤੇ ਮਨੁੱਖਾਂ ਜਨ ਵਿਸਾਖ ਦਾ ਮਹੀਨਾ ਉਹਨਾਂ ਲਈ ਵੀ ਸੋਭ ਨੀਕ ਹੈ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸਬਦ ਮਨ ਮਨ ਤੁਸੀਂ ਵਿਸਾਖੀ ਦੇ ਦੋਲ ਮੇਲਿਆਂ ਤੇ ਆਇਓ ਜਿਨ੍ਹਾਂ ਨੇ ਗੁਰਸਿੱਖਾਂ ਦੇ ਘਰ ਵਿੱਚ ਜਨਮ ਲਿਆ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਖੰਡੇ ਦਾ ਅੰਮ੍ਰਿਤ ਛਕਣਾ ਇਹ ਅੱਜ ਉੱਚੇ ਕਰਮਾਂ ਨਾਲ ਹੀ ਗਾਤ ਪ੍ਰਾਪਤ ਇਸ ਕਰਕੇ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਨਸ਼ਿਆਂ ਦਾ ਤਿਆਗ ਕਰੋ ਜਿਨ੍ਹਾਂ ਨੇ ਕੇਸ ਕਟਾਏ ਸਾਫ ਸੂਰਤ ਕੇਸ ਰੱਖੋ ਬੱਚਿਆਂ ਦੇ ਕੇਸ ਨਾ ਕੱਟਿਆ ਕਰੋ ਸਾਫ ਸੂਰਤ ਰੱਖਿਆ ਇਸ ਵਿਸਾਖੀ ਤੇ ਸਾਰਾ ਮੰਦਰ ਸਾਰਾ ਇਲਾਕਾ ਹੁਣ ਹੁਮਾ ਕੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਵੀ ਭਰਿਆ ਕਰੋ ਸੇਵਾ ਵੀ ਕਰਿਆ ਸੋ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਖਾਲਸੇ ਦੇ ਸਿਰਜਣਾ ਦਿਵਸ ਦੀ ਵਿਸਾਖੀ ਦੇ ਦਿਹਾੜੇ ਦੀ ਇਹ ਗੁਰਪੁਰਬ ਵੀ ਹਨ ਸਾਧ ਸੰਗਤ ਜੀ ਇਹਨਾਂ ਸਾਰੇ ਦਿਹਾੜਿਆਂ ਦੀ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ ਸ਼ਹੀਦਾਂ ਦਾ ਵੀ ਦਿਹਾੜਾ ਹੈ 13 ਅਪ੍ਰੈਲ 1978 ਨੂੰ ਨਕਲੀ ਨਰਕ ਧਾਰੀਆਂ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਕੀਤਾ ਉਦੋਂ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਦਮਦਮੀ ਟਕਸਾਲ ਵੱਲੋਂ ਜਥੇਦਾਰ ਫੌਜੀ ਰਣਵੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਵੱਲੋਂ ਬਹੁਤ ਹੀ ਨਾਮ ਰਸੀਏ ਗੁਰਸਿੱਖ ਕਰਨੀ ਵਾਲੇ ਅਮਰ ਸ਼ਹੀਦ ਧੰਨ ਭਾਈ ਫੌਜਾ ਸਿੰਘ ਜੀ ਨੂੰ ਭੇਜਿਆ ਔਰ ਨਰਕਧਾਰੀਆਂ ਨੇ 13 ਸਿੰਘਾਂ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਸੀ ਉਹ ਸ਼ਹੀਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਹੋਏ
ਇਸੇ ਤਰ੍ਹਾਂ ਵੈਸਾਖੀ ਦੇ ਦਿਹਾੜੇ 1920 ਵਿੱਚ ਜਲਿਆਂ ਵਾਲੇ ਬਾਗ ਵਿੱਚ ਵੀ 100 ਸਾਲ ਅੱਜ ਹੋ ਗਿਆ, ਉੱਥੇ ਵੀ ਅਣਗਿਣਤ ਸਿੱਖਾਂ ਦੀ, ਬਜ਼ੁਰਗਾਂ ਦੀ, ਮਾਤਾਵਾਂ ਦੀ, ਛੋਟੇ ਛੋਟੇ ਬੱਚਿਆਂ ਦੀ, ਜਾਲਮਾਂ ਨੇ ਬੜੀ ਬੇਰਹਿਮੀ ਦੇ ਨਾਲ ਗੋਲੀਆਂ ਨਾਲ ਭੁੰਮ ਭੁੰਮ ਕੇ ਖੂਨੀ ਸਾਕਾ ਕੀਤਾ। ਉਹਨਾਂ ਨੇ ਵੀ ਮਹਾਨ ਸ਼ਹੀਦੀਆਂ ਦਿੱਤੀਆਂ, ਉਹਨਾਂ ਸ਼ਹੀਦਾਂ ਦਾ ਵੀ ਦਿਹਾੜਾ ਮਨਾ ਰਹੇ ਹਾਂ। ਸੋ ਮੈਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ। ਸੰਗਤ ਦੇ ਵਿੱਚ ਬਹੁਤ ਹੀ ਸਨਮਾਨਯੋਗ ਸਾਡੇ ਮਹਾਂਪੁਰਖਾਂ ਦੇ ਵੱਡੇ ਸਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਟੇਚੇ ਤੌਰ 'ਤੇ ਪਹੁੰਚੇ ਹੈ, ਭਾਈ ਗੁਰਦੇਵ ਸਿੰਘ ਜੀ ਲੁਧਿਆਣਾ, ਭਾਈ ਦੀਪਾ ਸਿੰਘ ਜੀ ਪਹੁੰਚੇ ਹੈ, ਹੋਰ ਵੀ ਸਾਰੇ ਸਿੰਘ ਪਹੁੰਚੇ ਹੈ। ਧਰਮੀ ਫੌਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਮਲੇ ਦੇ ਰੋਸ ਵਜੋਂ ਬੜੀ ਵੱਡੀਆਂ ਕੁਰਬਾਨੀਆਂ ਕੀਤੀਆਂ, ਆਪਣੀਆਂ ਨੌਕਰੀਆਂ ਨੂੰ ਸਾਧ ਸੰਗਤ ਜੀ ਠੋਕਰ ਮਾਰੀ, ਪਰਿਵਾਰਾਂ ਦੇ ਰੋਜ਼ੀ ਰੁਜ਼ਗਾਰ ਦੇ ਉਹੀ ਸਾਧਨ ਸਨ, ਪਰ ਇਹਨਾਂ ਸਿੰਘਾਂ ਨੇ ਆਪਣੇ ਪਰਿਵਾਰਾਂ ਦੀ ਰੋਜ਼ੀ ਰੇੜੀ ਦੀ ਵੀ ਪਰਵਾਹ ਨਹੀਂ ਕੀਤੀ, ਜਾਲਮਾ ਹਕੂਮਤ ਦੀ ਨੌਕਰੀ ਨੂੰ ਠੋਕਰਾਂ ਮਾਰੀਆਂ, ਠੁਕਰਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਸਰਕਾਰ ਦੀ ਖਾਤਰ, ਕੌਮ ਦੀ ਆਨ ਸ਼ਾਨ ਦੀ ਖਾਤਰ ਜਾਲਮਾ ਹਕੂਮਤ ਦੀਆਂ ਨੌਕਰੀਆਂ ਛੱਡੀਆਂ। ਸੋ ਧਰਮੀ ਫੌਜੀ ਭਾਈ ਹਰਜਿੰਦਰ ਸਿੰਘ ਜੀ ਪਹੁੰਚੇ ਆ, ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਬਾਬਾ ਮਹਿੰਦਰ ਸਿੰਘ ਜੀ ਸਾਡੇ ਬੜੇ ਸਤਿਕਾਰਯੋਗ, ਦੇਖੋ ਬਾਣੀ ਬਾਣੇ ਵਿੱਚ ਇਹਨਾਂ ਦਾ ਪੋਤਰਾ ਨਾਲ ਹੀ ਬੈਠਾ, ਸੰਗਤ ਜੀ ਕਿੰਨਾ ਸੁੰਦਰ ਦਸਤਾਰਾ, ਕਿੰਨੇ ਸੁੰਦਰ ਸ਼ਸਤਰ, ਅਮਰਕਸਾ ਢਾਲੇ ਲੱਗੇ ਹੋਏ ਹੈ, ਗੁਰੂ ਕੇ ਨਿਸ਼ਾਨ ਵਰਸ਼ੇ ਹੱਥਾਂ ਵਿੱਚ ਫੜੇ ਹੋਏ ਹੈ। ਇਹ ਖਾਲਸੇ ਦਾ ਮਾਣਾ ਹੈ, ਇਹ ਬਾਣੇ ਦੀ ਪਛਾਣ ਹੈ ਸੰਗਤ ਜੀ। ਬਾਬੇ ਮਹਿੰਦਰ ਸਿੰਘ ਨੂੰ ਸਾਰੀ ਦੁਨੀਆਂ ਜਾਣਦੀ ਹੈ, ਅਖਬਾਰਾਂ ਵਿੱਚ ਫੋਟੋ ਤੁਹਾਡੀ ਵੀ ਕਿਸੇ ਦੀ ਆਉਂਦੀ, ਬਾਬੇ ਮਹਿੰਦਰ ਸਿੰਘ ਦੀ ਆਉਣੀ ਆਉਣੀ ਹੈ ਹੋਲੇ ਮਹੱਲੇ, ਅਖਬਾਰਾਂ ਵਾਲੇ ਮੀਡੀਆ ਵਾਲੇ ਬਾਬੇ ਮਹਿੰਦਰ ਸਿੰਘ ਦੇ ਮਗਰ ਮਗਰ ਮੈਂ ਵੇਖਿਆ ਤੁਰੇ ਫਿਰਦੇ ਹੁੰਦੇ ਆ, ਔਰ ਬਾਬੇ ਨੂੰ ਲੱਭਦੇ ਹੁੰਦੇ ਆ ਵੀ ਬਾਬਾ ਜੀ ਫੋਟੋ ਲੈਣੀ ਹੈ, ਫੋਟੋ ਲੈਣੀ ਹੈ। ਐਰਕੀ ਇਹਨਾਂ ਦੇ ਪੋਤਰੇ ਦੀਆਂ ਵੀ ਆਈਆਂ ਫੋਟੋ। ਇਹ ਗੁਰੂ ਕਲਗੀਧਰ ਦਾ ਬਾਣਾ ਹੀ ਇਹੋ ਜਿਹਾ ਮਹਾਨ ਹੈ ਸੰਗਤ ਜੀ, ਇਹਦਾ ਬੜਾ ਸਨਮਾਨ ਹੈ, ਇਹ ਬਾਣੇ ਦੀ ਪੂਜਾ, ਬਾਣੇ ਦਾ ਸਤਿਕਾਰ, ਬਾਣੇ ਕਰਕੇ ਕਿੰਨਾ ਸਨਮਾਨ। ਸੋ ਬਾਬਾ ਮਹਿੰਦਰ ਸਿੰਘ ਜੀ, ਸਾਡੇ ਸਤਿਕਾਰਯੋਗ ਭਾਈ ਤੀਰਥ ਸਿੰਘ ਜੀ ਨੰਬਰਦਾਰ ਜੀ, ਇਹ ਸਾਡੇ ਸਾਰੇ ਨਗਰ ਦੇ ਸਾਡੇ ਜਿੰਨੇ ਵੀ ਗੁਰਸਿੱਖ ਬੈਠੇ ਹੈ, ਵਾਲੀਆ ਸਾਹਿਬ ਜੀ ਵੀ ਆਏ ਹੈ, ਭਾਈ ਭਾਈ ਪਰਮਿੰਦਰ ਸਿੰਘ ਜੀ ਜੋ ਫੈਡਰੇਸ਼ਨ ਦੇ ਜਲੰਧਰ ਸ਼ਹਿਰੀ ਤੋਂ ਪ੍ਰਧਾਨ ਹੈ, ਬੜੀ ਇਹਨਾਂ ਸਾਰੇ ਸਿੰਘਾਂ ਦੀ ਸੇਵਾ ਕੁਰਬਾਨੀ, ਮਹਾਂਪੁਰਖਾਂ ਦੀ ਸੋਚ ਲਈ ਉਹਨਾਂ ਵੱਲੋਂ ਦਿੱਤੇ ਰਾਹ 'ਤੇ ਹਰ ਸਿੱਖ ਹੀ ਚੱਲ ਰਿਹਾ, ਜਿੰਨਾ ਜਿੰਨਾ ਕਿਸੇ ਕੋਲੋਂ ਚੱਲਿਆ ਜਾ ਰਿਹਾ ਸਾਰੇ ਸਾਡੇ ਲਈ ਪੂਜਨ ਯੋਗ। ਸੋ ਸਾਰਿਆਂ ਦੇ ਭਾਈ ਬਹੁਤ ਰੋਮ ਰੋਮ ਕਰਕੇ ਧੰਨਵਾਦ। ਅਚੇਤੇ ਤੌਰ 'ਤੇ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਦਾ, ਜੋ ਇੱਥੇ ਦਮਦਮੀ ਟਕਸਾਲ ਵੱਲੋਂ ਵੱਡੀਆਂ ਸੇਵਾਵਾਂ ਕਰ ਰਹੇ ਹੈ, ਸਾਰੇ ਪ੍ਰੋਗਰਾਮ ਅੱਗੇ ਹੋ ਕੇ ਕਰ ਰਹੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਰਾਗੀ ਢਾਡੀ ਜਥਿਆਂ ਦਾ ਵੀ ਧੰਨਵਾਦ। ਸੰਗਤ ਜੀ 13, 14, 15 ਮਈ ਨੂੰ ਸੂਸਾ ਵਿਖੇ ਵੱਡਾ ਜੋੜ ਮੇਲਾ ਨਿਸ਼ਾਨ ਸਾਹਿਬ ਚੜ੍ਹਾਉਣਾ, ਉਹਦੇ ਵਿੱਚ ਵੀ ਤੁਸੀਂ ਹੁੰਮ ਹੁਮਾ ਕੇ ਦਰਸ਼ਨ ਦੇਣਗੇ, ਔਰ 6 ਜੂਨ ਨੂੰ
ਦਮਦਮੀ ਟਕਸਾਲ ਦੇ ਹੈਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਹਾਂਪੁਰਖਾਂ ਦੀ ਅਤੇ ਸ਼ਹੀਦਾਂ ਦੀ ਹਰ ਸਾਲ ਸ਼ਹੀਦੀ ਦਿਹਾੜਿਆਂ ਦੀ ਯਾਦ ਤਾਜ਼ਾ ਹੁੰਦੀ ਹੈ। ਉਹਦੇ ਵਿੱਚ ਵੀ ਤੁਸੀਂ ਹੁੰਮ ਹਮਾ ਕੇ ਸਾਰਿਆਂ ਨੇ ਪਹੁੰਚਣਾ, ਦਰਸ਼ਨ ਦੀ ਦਾਤ ਦੇਣੀ ਹੈ। ਇਹ ਬੇਨਤੀਆਂ ਸਵੀਕਾਰ ਕਰਨੀਆਂ। ਧੰਨ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲ ਹੈ ਇਸ ਸਾਲ ਨਵੰਬਰ ਵਿੱਚ, ਉਹ ਵੀ ਤਰਨਿਆਂ ਹੋ ਕੇ ਆਪਾਂ ਮਨਾਉਣਾ, ਆਪਣੀ ਸੇਵਾ ਵੀ ਹਾਜ਼ਰੀ ਵੀ ਹਰ ਤਰ੍ਹਾਂ ਕਰਕੇ ਉੱਥੇ ਭਰਨੀ ਹੈ, ਸੇਵਾ ਵੀ ਕਰਨੀ। ਸੋ ਸਭ ਨੂੰ ਹਾਰਦਿਕ ਤੌਰ 'ਤੇ ਬਹੁਤ ਬਹੁਤ ਸਤਿਗੁਰਾਂ ਦੇ ਇਹਨਾਂ ਗੁਰਪੁਰਬਾਂ ਦੀ ਵਧਾਈ। ਖੁੱਲ੍ਹਾ ਚੁੱਪਾ ਖਿਮਾ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋ, ਵੈਸਾਖ ਸੁਹਾਵਾ ਨਾ ਲਗੈ, ਜਾ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।